ਕੁੰਕੋਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮਿਸਟਰੀ ਕਾਲਜ ਦੀ ਗੁਰਮਤ ਕਲਾਸ ਯੂਐਸਏ ਦੇ ਵਿੱਚ ਦੇਸ਼ ਪਰਦੇਸ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪਾਸੋਂ ਦੋ ਹੱਥ ਜੋੜ ਕੇ ਅਸੀਸ ਮੰਗਦਾ ਹਾਂ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਨਾਮ ਨਾਮ ਕੀ ਹੈ ਤੇ ਇਸ ਦਾ ਸਿਮਰਨ ਕਿਵੇਂ ਕਰਨਾ ਹੈ ਉਹ ਸਿਮਰਨ ਕੀ ਹੈ ਇਸ ਵਿਸ਼ੇ ਦੇ ਬਾਰੇ ਮੈਂ ਕਹਾਂ ਕਿ ਜਿਵੇਂ ਅਸੀਂ ਮੈਡੀਕਲ ਟਰਮ ਦੇ ਵਿੱਚ ਅਸੀਂ ਕਹਿੰਦੇ ਆ ਕਿ ਮੈਡੀਕਲ ਲਾਈਫਲਾਈਨ ਹੈ ਜੇ ਕਿਸੇ ਦਾ ਜਿਵੇਂ ਦਿਲ ਧੜਕਦਾ ਰਹਿੰਦਾ ਹੈ ਤੇ ਉਹ ਬੰਦਾ ਜਿਉਂਦਾ ਰਹਿੰਦਾ ਉਹਦੇ ਸਾਹ ਚੱਲਦੇ ਰਹਿੰਦੇ ਹਨ ਤੇ ਉਹ ਜਿਉਂਦਾ ਰਹੇ ਤੇ ਜੇਕਰ ਉਹਦੀ ਉਹ ਲਾਈਫ ਲਾਈਨ ਟੁੱਟ ਜਾਂਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ। ਤੋਂ ਇਸ ਤਰ੍ਹਾਂ ਹੀ ਗੁਰਮਤ ਦੇ ਵਿੱਚ ਜੋ ਸਿੱਖੀ ਮਾਰਗ ਹੈ ਉਹ ਨਾਮ ਦਾ ਮਾਰਗ ਹੈ। ਇਹ ਨਾਮ ਦੇ ਮਾਰਗ ਦੇ ਵਿੱਚ ਜੇਕਰ ਮਨੁੱਖ ਨੂੰ ਨਾਮ ਚੇਤੇ ਰੱਖਦਾ ਹੈ ਔਰ ਨਾਮ ਦਾ ਸਿਮਰਨ ਕਰਦਾ ਰਹਿੰਦਾ ਹੈ ਤਾਂ ਇਹ ਉਹਦੀ ਸਪਿਰਚੁਅਲ ਲਾਈਫ ਲਾਈਨ ਉਹਦੀ ਜਿਹੜੀ ਸਪਿਰਚੁਅਲ ਲਾਈਫ ਹੈ ਉਹ ਚੰਦੀ ਰਹਿੰਦੀ ਹੈ ਤੇ ਉਹ ਆਤਮਕ ਤੌਰ ਤੇ ਉੱਪਰ ਕਦੀ ਵੀ ਉਸ ਦੀ ਮੌਤ ਨਹੀਂ ਹੁੰਦੀ। ਤੋਂ ਇਸ ਆਜ ਦੇ ਵਿਸ਼ੇ ਦੇ ਵਿੱਚ ਆਜ ਇੱਕ ਸ਼ਬਦ ਜੋ ਪੀਰ ਜੀ ਨੇ ਆਬੀ ਨੂੰ ਪੜ੍ਹ ਕੇ ਸੁਣਾਇਆ ਸੀ ਆਸਾ ਮੇਲਾ ਚੌਥਾ ਦਾ ਮੇਰਾ ਦਿਲ ਕਰਦਾ ਹੈ ਕਿ ਆਬੀ ਨੂੰ ਮੈਂ ਉਹ ਸਰਾਵਾਂ ਬੁਲ ਕੇ ਤੇ ਆਪ ਜੀ ਵੀ ਮੇਰੀ ਆਵਾਜ਼ ਆ ਰਹੀ ਹੈ ਤੇ ਆਪਣੇ ਆਪ ਵੀ ਤੁਸੀਂ ਉਸ ਮੇਰੇ ਨਾਲ ਹੀ ਗਾਇਨ ਕਰਨ ਦੀ ਕੋਸ਼ਿਸ਼ ਕਰਨਾ ਜੀ ਅਸ ਮਹਿਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਬਰ ਨ ਕੋਈ ਵੜਾ ਪਾਗ ਗੁਰਮੁਖ ਹਰ ਲੈਣਾ ਰਹਾ ਨਾਮ ਬਿਨਾ ਨਹੀਂ ਜੀਵਿਆ ਜਾਏ ਵੜਾ ਭਾਗ ਗੁਰਮੁਖ ਹਰਿ ਪਾਇ ਨਾਮਹੀਣ ਕਾਲਖ ਮੁਖ ਮਾਇ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਿਆ ਵਡਾ ਵਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਵਡਾ ਵਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਨਾਮ ਦਿਵਾਇਆ ਤੋਂ ਬਹੁਤ ਬਹੁਤ ਧਰਵਾਦ ਆਪ ਜੀ ਨੇ ਜਿਨ੍ਹਾਂ ਵੀਰਾਂ ਪੈਣਾ ਨੇ ਮੇਰੇ ਨਾਲ ਇਸ ਸ਼ਬਦ ਦਾ ਗਾਇਨ ਕੀਤਾ ਹੈ ਆਉ ਸੰਖੇਪ ਵਿੱਚ ਇਸ ਸ਼ਬਦੀ ਵਿਚਾਰ ਕਰਕੇ ਫਿਰ ਜੋ ਬਾਕੀ ਨਾਮ ਦੇ ਪੱਖ ਨਾਮ ਦੀ ਜੋ ਪਰਿਭਾਸ਼ਾ ਹੈ ਉਹ ਮੈਂ ਆਪ ਜੀ ਨਾਲ ਸਾਂਝੀ ਕਰਾਂਗਾ ਸਤਗੁਰੂ ਸੋਥੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਮੇਰੇ ਮਨ ਤਨ ਪ੍ਰੇਮ ਨਾਮ ਅਧਾਰ ਇਹ ਮੇਰੇ ਸਜਣੋ ਮਿੱਤਰੋ ਪ੍ਰਮਾਤਮਾ ਦਾ ਪਿਆਰ ਤੇ ਪ੍ਰਮਾਤਮਾ ਦਾ ਨਾਮ ਹੀ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਆਸਰਾ ਹੈ ਨਾਮ ਜਪੀ ਨਾਮੋ ਸੁਖਸਾਰ ਇਸ ਲਈ ਮੈਂ ਸਦਾ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹਾਂ ਨਾਮ ਨੂੰ ਹੀ ਚੇਤੇ ਕਰਦਾਰਾ ਨਾ ਤੇ ਨਾਮ ਹੀ ਮੇਰੇ ਵਾਸਤੇ ਸਾਰੇ ਸੁੱਖਾਂ ਦਾ ਨਿਚੋੜ ਹੈ ਇਸ ਲਈ ਬੇਨਤੀ ਕਰਦੇ ਹਾਂ ਨਾਮ ਜਪੋ ਨਾਮ ਜਪੋ ਮੇਰੇ ਸਾਜਨ ਸਹਿਨਾ ਨਾਮ ਜਪੋ ਨਾਮ ਜਪੋ ਨਾਮ ਜਪੋ ਮੇਰੇ ਸਾਜਣ ਸਹਿਣਾ ਨਾਮ ਜਪੋ ਨਾਮ বিনা ਮੈਂ ਅਵਰ ਨ ਕੋਈ ਬੜੇ ਬਾਗ ਗੁਰਮੁਖ ਹਰ ਲੈਣਾ ਰਹਾਉ ਇਹ ਹਾਉ ਦੀ ਪੰਕਤੀ ਹੈ اے ਮੇਰੇ ਸਜਣੋ ਮਿੱਤਰੋ ਪ੍ਰਭੂ ਦਾ ਨਾਮ ਜਪੋ ਕਿਉਂਕਿ ਪਰਭਉ ਦੇ ਨਾਮ ਤੋਂ ਬਿਨਾ ਮੈਨੂੰ ਤਾਂ ਜ਼ਿੰਦਗੀ ਦਾ ਹੋਰ ਕੋਈ ਆਸਰਾ ਨਹੀਂ ਜਿਸ ਦਾ ਇਹ ਹਰਨਾਮ ਵੱਡੀ ਕਿਸਮਤ ਨਾਲ ਗੁਰੂ ਦੀ ਰਾਹੀ ਹੀ ਮਿਲ ਸਕਦਾ ਹੈ ਇਹ ਕਿਸੇ ਹੋਰ ਪਾਸੋਂ ਨਹੀਂ ਮਿਲ ਸਕਦਾ ਕਿਸੇ ਦੁਕਾਨ ਤੋਂ ਨਹੀਂ ਮਿਲ ਸਕਦਾ ਜਾਂ ਕੋਈ ਜਲ ਤਾਰਾ ਕਰਨ ਨਾਲ ਪੁੱਠੇ ਲਟਕਣ ਦੇ ਨਾਲ ਕਰਮਖਾਂਡ ਕਰਨ ਨਾਲ ਇਹ ਪ੍ਰਮਾਤਮਾ ਦਾ ਨਾਮ ਨਹੀਂ ਮਿਲ ਸਕਦਾ ਇਹ ਹਰੀ ਨਾਮ ਦਾ ਜਲ ਜੋ ਹੈ ਇਹ ਗੁਰੂ ਦੇ ਚਰਨਾਂ ਤੋਂ ਹੀ ਪ੍ਰਾਪਤ ਹੋ ਸਕਦਾ ਹੈ ਜਿਸ ਜਨ ਨਿਤ ਕਾਰਨ ਤੁਮ ਜਗ ਆਏ ਪਹਿਲੇ ਪਾਸ਼ਾ ਤਨ ਗੁਰੂ ਨਾਨਕ ਪਾਸ਼ਾ ਜੀ ਨੇ 729 ਅੰਗ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਫਰਮਾਇਆ ਹੈ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਉ ਛੋਡੋ ਵੇਸ ਪੇਚ ਚਤਰਾਈ ਦੁਬਦਾਇ ਫਰਮਾਇਆ ਤੋ ਗੁਰੂ ਦੇ ਚਰਨਾਂ ਵਿੱਚ ਹੀ ਗੁਰੂ ਦੀ ਸਿੱਖਿਆ ਵਿੱਚ ਹੀ ਇਹ ਨਾਮ ਅੰਮ੍ਰਿਤ ਹੈ ਪ੍ਰਭੂ ਦਾ ਨਾਮ ਬਿਨਾ ਨਹੀਂ ਜੀਵਿਆ ਜਾਏ ਇਹ ਮੇਰੇ ਮਿੱਤਰੋ परमात्मा ਦਾ ਨਾਮ ਜਪਨ ਤੋਂ ਬਿਨਾ ਆਤਮਿਕ ਜੀਵਨ ਨਹੀਂ ਮਿਲ ਸਕਦਾ ਅਸੀਂ ਲੱਖ ਕੋਸ਼ਿਸ਼ ਕਰ ਲਈਏ ਪਰ ਇਸ ਦੀ ਪ੍ਰਾਪਤੀ ਵੱਡਾ ਭਾਗ ਗੁਰਮੁਖ ਹਰ ਪਾਏ ਇਹ ਹਰ ਨਾਮ ਵੱਡੀ ਕਿਸਮਤ ਨਾਲ ਗੁਰੂ ਦੀ ਰਾਹੀ ਹੀ ਗੁਰੂ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ ਔਰ ਜਿਹੜੇ ਇਸ ਨਾਮ ਤੋਂ ਵੀ ਹੁਣੇ ਰਹਿ ਜਾਂਦੇ ਹਨ ਨਾਮਹੀਨ ਕਾਲਖ ਮੁਕਮਾਇਆ हे मेरे मित्रों परमात्मा दा नाम सिमरन तो बिना जिउना फटकार योग है पाव किसी अर्थ नहीं है उनदा जीवन फटकार योग हो जांदा है उनदा जीवन दे अंदर कोई रस नहीं हुंदा कोई गुण नहीं हुंदा क्योंकि सारे गुण जेड़े हां परमात्मा ਕੋ ਆਂਦੇ ਨੇ सब गुण तेरे मैं नाही कोए ते बिन गुण कीते भक्त ना होए नाम बिना त्रिक त्रिक जीव आया परमात्मा दे नाम तो वांजे रह हां माया दे मोह दे कारण ਮਨ ਉਤੇ ਕਾਲਕ ਲੱਗੀ ਰਹਿੰਦੀ ਹੈ ਭਾਵ ਵਿਸ਼ੇ ਵਕਾਰ ਨਾਲ ਸਾਡਾ ਕੈਰੈਕਟਰ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਹੈ ਵੱਡਾ ਵੱਡਾ ਹਰ ਭਾਗ ਕਰ ਪਾਇਆ ਉਹ ਮਨੁੱਖ ਉਸ ਸਭ ਤੋਂ ਵੱਡੇ ਪ੍ਰਮਾਤਮਾ ਨੂੰ ਵੱਡੀ ਕਿਸਮਤ ਨਾਲ ਮਿਲ ਪੈਂਦਾ ਹੈ ਨਾਨਕ ਗੁਰਮੁਖ ਨਾਮ ਦਿਵਾਇਆ ਹੇ ਨਾਨਕ ਗੁਰੂ ਦੀ ਰਾਹੀ ਜਿਸ ਨੂੰ ਪ੍ਰਮਾਤਮਾ ਆਪਣੇ ਨਾਮ ਦੀ ਦਾਤ ਦੇਵਾਂਦਾ ਹੈ ਬਖਸ਼ਿਸ਼ ਕਰਦਾ ਹੈ ਉਸ ਨੂੰ ਇਹ ਸਭ ਤੋਂ ਵੱਡੇ ਪ੍ਰਮਾਤਮਾ ਨੂੰ ਦੇ ਨਾਲ ਉਸ ਦਾ ਮੇਲ ਹੋ ਜਾਂਦਾ ਹੈ ਉਸ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਗੁਣ ਪ੍ਰਾਪਤ ਹੋ ਜਾਂਦੇ ਹਨ ਉਸ ਦੀ ਵਿੜਿਆਈਆਂ ਪ੍ਰਾਪਤ ਹੋ ਜਾਂਦੀਆਂ ਹਨ ਤੇ ਇਹ ਜੀ ਸ਼ਬਦ ਹੈ ਇਹ ਅੱਜ ਦੀ ਟੇਕ ਹੈ ਇਸ ਸ਼ਬਦ ਦੀ ਤੇ ਆਓ ਹੁਣ ਇੱਕ ਬੇਨਤੀ ਕਰਮ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਨਾਮ ਇਨਾ ਮਹੱਤਵਪੂਰਨ ਹੈ ਕਿ ਇਹਦੇ 3 2752 ਵਾਰੀ ਇਹ ਪੰਕਤੀਆਂ ਜਿਹੜੀਆਂ ਹਨ ਜਿਨ੍ਹਾਂ ਚ ਨਾਮ ਦਾ ਵਰਣਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਤ ਹਨ। ਇਸ ਤੋਂ ਬਾਅਦ ਆਪਾਂ ਦੇਖੀਏ ਕਿ ਇਹ ਨਾਮ ਜੇ ਇਹ ਸਾਨੂੰ I can't see the na pa is de ਕੀ ਅਰਥ ਦੱਸਦੇ ਹਨ। ਉਹ ਕਹਿੰਦੇ ਹਨ ਕਿ ਸੰਗਿਆ ਹੈ ਕਿਸੇ ਵਸੂ ਦਾ बोध ਕਰਾਉਣ ਵਾਲਾ ਸ਼ਬਦ। ਜਿਸ ਕਰਕੇ ਅਰਥ ਜਾਣਿਆ ਜਾਵੇ ਉਹ ਨਾਮ ਹੈ ਨਾਮ ਦੇ ਮੁੱਖ ਤੇਦ ਦੋ ਹਨ ਇੱਕ ਵਸਤੂਵਾਚਕ ਜੈਸੇ ਮਨੁੱਖ ਬੈਲ ਪਹਾੜ ਆਦਿ ਦੂਜਾ ਭਾਵਵਾਚਕ ਹੈ ਜੈਸੇ ਸੁੰਦਰਤਾ ਕਠੋਰਤਾ ਪਲਮਾਨਸ ਪਲਾਮਾਨਸ ਮਨੁੱਖ ਇਹ ਹੈ ਪਰਪਨ ਆਦ ਨਾਮ ਬਹੀਨ ਤਿਕਤ தாம் ਹੋ ਨਹ ਜਾਏ ਚਾਪ ਬਾਣੀ ਦੇ ਵਿੱਚ ਕੁਰਬਾਨੀ ਵਿੱਚ ਨਾਮ ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਵੀ ਹੈ ਇਤਹਾ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਸੁਖਮਣੀ ਦੀ ਬਾਣੀ ਦੰਦਰ ਸਾਹਿਬ ਦੀ ਬਾਣੀ ਅੰਦਰ ਇਹ ਬੋਲ ਅੰਕਤ ਹਨ ਇਸ ਦੇ ਅਰਥ ਸੁੰਦਰਤਾ ਕਠੋਰਤਾ ਆਦ ਜਿਵੇਂ ਮੈਂ ਦੱਸਿਆ ਹਨ ਉਹ ਵੀ ਹਨ ਔਰ ਇਸ ਦੇ ਅਰਥ ਸਮਰਨ ਚੇਤਾ ਔਰ ਪ੍ਰਸਿੱਧੀ ਮਸ਼ਹੂਰੀ ਵੀ ਹੈ ਇਸ ਨਾਮ ਨੂੰ ਬਾਈਬਲ ਵਿੱਚ ਵੀ ਵਰਡ ਕਰਕੇ ਲਿਖਿਆ ਹੈ ਤੋਂ ਇਹ ਪਾਈ ਕਾਂਸੀ ਨਬਾਣੀ ਦੇ ਵਿਚਾਰ ਸਨ ਇਸ ਨਾਮ ਦੇ ਬਾਰੇ ਹੁਣ ਦੇਖਦੇ ਹਾਂ ਕਿ ਸਰਦਾਰ ਗੁਰਚਰਨ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਕੋਸ਼ ਦੇ ਵਿੱਚ ਇਸ ਦੇ ਬਾਰੇ ਕੀ ਸਾਨੂੰ ਦੱਸਿਆ ਹੈ ਉਹ ਕਹਿੰਦੇ ਹਨ ਪ੍ਰਭ ਬੋਧਕ ਸ਼ਬਦ ਹੈ ਪ੍ਰਭ ਕਰਤਾ ਸਾਚੇ ਨਾਮ ਕੀ ਲਾਗਿਆ ਭੂਖ ਆਸਾ ਮੱਲਾ ਪਹਿਲਾ ਸੋਲਰ ਬਾਣੀ ਵਿੱਚ ਮਿਲ ਸਾਧ ਸੰਗਤ ਪਜ ਕੇਵਲ ਨਾਮ ਦੀ ਗੱਲ ਵੀ ਆਸਾ ਮੱਲਾ ਪੰਜਵਾਂ ਵਿੱਚ ਅਸੀਂ ਪੜ੍ਹਦੇ ਹਾਂ ਸੋ ਦਰਸ਼ਨ ਨਾਮ ਕਉ ਮਨ ਅਛੈ ਪ੍ਰਭਾਤੀ ਰਾਗ ਦੇ ਅੰਦਰ ਪੰਜਵੇਂ ਪਾਸ਼ਾ ਦਾ ਇਹ ਸ਼ਬਦ ਹੈ ਔਰ ਇਸ ਤੋਂ ਇਲਾਵਾ ਐ ਗੁਰਚਰਨ ਸਿੰਘ ਜੀ ਕਹਿੰਦੇ ਹਨ ਕਿ ਪ੍ਰਭੂ ਦਾ ਨਾਮ ਵੀ ਇਸ ਦਾ ਅਰਥ ਹੈ ਹਰੀ ਨਾਮ ਨਿਫਲ ਮਾਨੁਕ ਜਪੈ ਨਹੀਂ ਨਾਮ ਗੋੜੀ ਮਲਾ ਪੰਜਵਾਂ ਪੰਨਾ 114 24 ਔਰ ਇੱਕ ਅਰ ਦੱਸਦੇ ਹਨ ਕਿ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਹਰੀ ਨਾਮ ਦਾ ਨਿਸ਼ਾਨ ਆ ਹਰੀ ਨਾਮ ਦੀ ਬਖਸ਼ਿਸ਼ ਗੋੜੀ ਮੱਲਾ ਪਣੀਵਾ 138 ਕਬੀਰ ਸਾਹਿਬ ਦਾ ਇੱਕ ਸ਼ਬਦ ਦੱਸਦੇ ਹਾਂ ਉੱਥੇ ਕਬੀਰ ਨਿਰਗੁਣ ਨਾਮ ਨਾ ਰੋਸ ਤਿੰਨਾ ਗੁਨਾ ਤੋਂ ਉੱਪਰ ਪ੍ਰਭੂ ਨਾਮ ਤੋਂ ਬੇਮੁਖ ਨਾ ਹੈ ਗੋੜੀ ਕਬੀਰ ਵਿੱਚ 325 ਅੰਗ ਦੇ ਉੱਪਰ ਭਾਈ ਸਾਹਿਬ ਜੀ ਨੇ ਇਹ ਪ੍ਰਮਾਨ ਦਿੱਤਾ ਹੁਣ ਭਾਈ ਵੀਰ ਸਿੰਘ ਜੀ ਦੇ ਜੋ ਰਚਤ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਉਦੇ ਵਿੱਚ ਇਹਦੇ ਕੀ ਅਰਥ ਦੱਸਦੇ ਹਨ ਕਿ ਸੰਸਕ੍ਰਿਤ ਤੋਂ ਇਹ ਨਾਮਣ ਹੈ ਇਹਦਾ ਪਾਵਾ ਅਭਿਆਸ ਤੋਂ ਹੈ ਇਹ ਫਾਰਸੀ ਦੇ ਵਿੱਚ ਵੀ ਇਹਦਾ ਨਾਮ ਨਹੀਂ ਆਉਂਦਾ ਹੈ ਕਿਸੇ ਵਸਤੂ ਦਾ ਨਾਮ ਸੰਗਿਆ ਨਾਮ ਯਥਾ ਮਾਇਆ ਨਾਮ ਗਰਭਜੋਨ ਕਾ ਤਹਿ ਤਾਜ ਦਰਸ਼ਨ ਭਾਵਾਂ 693 ਅੰਕ ਦੇ ਉੱਪਰ ਜਿਸ ਦਾ ਅਭਿਆਸ ਕੀਤਾ ਜਾਵੇ ਨਾਮ ਉਸ ਨੂੰ ਕਿਹਾ ਜਾਂਦਾ ਹੈ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੇ ਨਾਮ ਤੋਂ ਤਾਤਪਰ ਜੇ ਉਸ ਦੇ ਨਾਮ ਦਾ ਉਸ ਦੇ ਗੁਣਾ ਦਾ ਧਿਆਨ ਕਰਕੇ ਅਭਿਆਸ ਕਰਨ ਤੋਂ ਹੈ ਜਿਸ ਕਰਕੇ ਅੰਤਸ਼ ਕਰਨ ਦੀ ਸ਼ੁੱਧੀ ਔਰ ਉਹਦੇ ਗੁਣ ਸਾਡੇ ਅੰਦਰ ਪ੍ਰਾਪਤ ਹੁੰਦੇ ਹਨ ਤੋਂ ਇਸ ਦੇ ਬਾਰੇ ਜਿਹੜੋ ਭਾਈ ਵੀਰ ਸਿੰਘ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਤੋਂ ਇਹ ਜੋ ਇਹਨਾਂ ਦੇ ਵਿਚਾਰ ਹਨ ਮੈਂ ਆਪ ਜੀ ਦੇ ਸਾਹਮਣੇ ਰੱਖੇ ਹਨ ਤੋਂ ਆਓ ਹੁਣ ਥੋੜਾ ਜਿਹਾ ਇਸ ਨਾਮ ਦੇ ਬਾਰੇ ਔਰ ਡੁੱਗੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂ ਨਾਮ ਮਾਰਕ ਕੀ ਹੈ ਤੇ ਨਾਮ ਰਸ ਕੀ ਹੈ ਇਹ ਅੱਜ ਆਪਾਂ ਡਿਸਕਸ ਕਰਨਾ ਹੈ ਇਸ ਤੋਂ ਬਾਅਦ ਨਾਮ ਸਿਮਰਨ ਦੀਆਂ ਜੋ ਵਰਕਤਾਂ ਹਨ ਉਹਦੇ ਵਿੱਚ ਨਾਮ ਜਪਣ ਨਾਲ ਸੁੱਖਾਂ ਦੀ ਪ੍ਰਾਪਤੀ ਤੇ ਰੋਗਾਂ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ ਨਾਮ ਜਪਣ ਨਾਲ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਨਾਮ ਜਪਣ ਨਾਲ ਮਨ ਵਿੱਚ ਬੇਮਤਾਜੀ ਦੀ ਭਾਵਨਾ ਪੈਦਾ ਹੁੰਦੀ ਹੈ। ਨਾਮ ਜਪਣ ਨਾਲ ਡਰ ਤੇ ਚਿੰਤਾਵਾਂ ਦੂਰ ਹੁੰਦੀਆਂ ਹਨ ਤੇ ਨਿਰਪੈਤਾ ਆਉਂਦੀ ਹੈ। ਨਾਮ ਜਪਣ ਨਾਲ ਮਨ ਵਿੱਚ ਨਿਰਵੈਰਤਾ ਦੀ ਭਾਵਨਾ ਜਾਗਦੀ ਹੈ। ਨਾਮ ਜਪਣ ਨਾਲ ਮਨ ਵਿੱਚ ਗਰੀਬਾਂ ਅਤੇ ਅਖੌਤੀ ਨੀਵੇਂ ਮਨੁੱਖਾ ਪ੍ਰਤੀ ਜਿਹੜੀ ਹਨ ਉਹਨਾਂ ਦੀ ਵਿਚੇ ਉਚੇਰੀ ਹਮਦਰਦੀ ਪੈਦਾ ਹੁੰਦੀ ਹੈ। ਤੋਂ ਨਾਮ ਜਪਣ ਨਾਲ ਮਨ ਵਿੱਚ ਸਵੈਮੰਤਾ ਅਤੇ ਅਣਖ ਜਾਗ ਪੈਂਦੀ ਹੈ ਨਾਮ ਜਪਣ ਨਾਲ ਜਾਤ ਪਾਤ ਤੇ ਅਮੀਰੀ ਗਰੀਬੀ ਦੀਆਂ ਵਿੱਥਾਂ ਦੂਰ ਹੁੰਦੀਆਂ ਹਨ ਨਾਮ ਜਪਣ ਨਾਲ ਮਨ ਖੇੜੇ ਤੇ ਉਲਾਸ ਵਿੱਚ ਰਹਿੰਦਾ ਹੈ ਨਾਮ ਜਪਣ ਨਾਲ ਪ੍ਰਭੂ ਦੇ ਤੋਂ ਵਿਛੋੜਾ ਅਸਹਿ ਹੋ ਜਾਂਦਾ ਹੈ ਨਾਮ ਤੋਂ ਵਾਂਝੇ ਮਨੁੱਖਾਂ ਦੀ ਕੀ ਦਸ਼ਾ ਹੁੰਦੀ ਹੈ ਔਰ ਨਾਮ ਦਾ ਅਰਥ ਤੇ ਭਾਵ ਕੀ ਹੈ ਨਾਮ ਸਿਮਰਨ अथवा ਨਾਮ ਜਪਨ ਦਾ ਭਾਵ ਕੀ ਹੈ ਨਾਮ ਦਾ ਵਾਸਾ ਤੇ ਨਾਮ ਦੀ ਪ੍ਰਾਪਤੀ ਨਾਮ ਜਪਨ ਦਾ ਢੰਗ ਕੀ ਹੈ ਇਸ ਬਾਰੇ ਬਹੁਤਾ ਹੀ ਜਿਹੜਾ ਹੈ ਸਾਡੇ ਅੰਦਰ ਵਕ ਵਕ ਵਿਚਾਰਤਾ ਆਰਾਮ ਮਿਲਦੀ ਹਨ ਔਰ ਆਪ ਜਪੋ ਅਵਰਾ ਨਾਮ ਜਪੋ ਦੀ ਗੱਲ ਵੀ ਨਾਮ ਦੇ ਇਸ ਵਿਚਾਰ ਮੰਡਲ ਦੇ ਵਿੱਚ ਸ਼ਾਮਲ ਹਨ ਤੋਂ ਆਓ ਅਸੀਂ ਅੱਜ ਇਸ ਦੀ ਸ਼ੁਰੂਆਤ ਕਰਦੇ ਹਾਂ ਸੰਮੈ ਇਹ ਹਾਂ ਕਿ ਨਾਮ ਜਿਹੜਾ ਹੈ ਉਸ ਤੋਂ ਕੀ ਸਮਝ ਸਕਦੇ ਆ ਸੀ ਸਿੱਖੀ ਇੱਕ ਸੱਚਾ ਜੀਵਨ ਮਾਰਗ ਹੈ ਜਾਇਉ ਕਹਿ ਲਵੋ ਕਿ ਇਹ ਧਰਮ ਮਨੁੱਖ ਨੂੰ ਸਰਵਪੱਖੀ ਅਗਵਾਈ ਦਿੰਦਾ ਹੈ ਪਰ ਇਸ ਵਿੱਚ ਸਭ ਤੋਂ ਵੱਧ ਜੋਰ ਅਕਾਲ ਪੁਰਖ ਨਾਲ ਅਪੈਤਾ ਪ੍ਰਾਪਤ ਕਰਨ ਉਤੇ ਦਿੱਤਾ ਗਿਆ ਹੈ ਅਤੇ ਇਸ ਦੀ ਖਾਤਰ ਜੋ ਮਾਰਗ ਦੱਸਿਆ ਗਿਆ ਹੈ ਉਸ ਨੂੰ ਨਾਮ ਮਾਰਗ ਆਖਿਆ ਜਾਂਦਾ ਹੈ ਨਾਮ ਮਾਰਗ ਮਨੁੱਖ ਨੂੰ ਇਸ ਯੋਗ ਬਣਾਉਂਦਾ ਹੈ ਕਿ ਉਹ ਪ੍ਰਭੂ ਨੂੰ ਅੰਗ ਸੰਗ ਪ੍ਰਤੀਤ ਕਰਦਾ ਹੋਇਆ ਇਸ ਜੀਵਨ ਨੂੰ ਸਜੇ ਢੰਗ ਨਾਲ ਜੀਵੇ ਅਤੇ ਜੀਵਨ ਮਗਰੋਂ ਉਸ ਦੀ ਆਤਮਾ ਪਰਮ ਆਤਮਾ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਵੇ। ਤੋਂ ਇਹ ਸਾਡਾ ਜੀਵਨ ਮਨੋਰਥ ਵੀ ਹੈ ਕਿ ਅਸੀਂ ਸਾਨੂੰ ਇਹ ਮਨੁੱਖਾ ਜਨਮ ਜਿਹੜਾ ਹੈ ਉਹ ਪ੍ਰਾਪਤ ਹੋਇਆ ਹੈ। ਗੁਰਬਾਣੀ ਸਾਨੂੰ ਇਹ ਬਖਸ਼ਿਸ਼ ਕਰਦੀ ਹੈ ਕਿ ਮਨੁੱਖਾ ਜੀਵਨ ਲਈ ਕਈ ਜੁੜਨਾ ਵਿੱਚ ਭਟਕਣਾ ਮਗਰੋਂ ਇਹ ਮਨੁੱਖਾ ਜਨਮ ਮਿਲਿਆ। ਇਸ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ। ਸਗੋਂ ਇਸ ਜੀਵਨ ਵਿੱਚ ਕਾਰਪੁਰਖ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। अथवा ਪ੍ਰਭੂ ਨਾਲ ਇੱਕ ਸੁਰ ਹੋਣਾ ਚਾਹੀਦਾ ਹੈ। ਗਵੜੀ ਗੁਆਰੇਰੀ ਮੱਲਾ ਪੰਜਵਾ ਦੇ ਵਿੱਚ 176 ਦੇ ਉੱਪਰ। ਉਹਨੇ ਪਾਸ਼ਾ ਜੀ ਦੇ ਇਹ ਬੋਲ ਸਾਨੂੰ ਅਗਾਈ ਬਖਸ਼ਿਸ਼ ਕਰਦੇ ਹਨ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕਜਮੀਨ ਕੁਰੰਗਾ। ਕਈ ਜਨਮ ਪੰਖੀ ਸਰ ਪੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੇਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇਸ ਜਰੀਆ ਰਹਾ ਕਈ ਜਨਮ ਸੈਲगिर ਕਰਿਆ ਕਈ ਜਨਮ ਗਰਭ ਹੀਰ ਕਰਿਆ ਕਈ ਜਨਮ ਸਾਖ ਕਰ ਉਪਾਇਆ ਲਖ 84 ਜਨ ਪਰਮਾਇਆ ਤਾ ਇਹ ਕਈ ਜਨਮ ਅਸੀਂ ਕੀੜੇ ਪਤ ਅਗਿਆ ਵਿੱਚੋਂ ਕਈ ਜਨਮ ਹਾਤੀ ਮੱਛੀ ਹਿਰਣਾ ਵਿੱਚੋਂ ਕਈ ਜਨਮ ਪੰਖੀਆਂ ਸਪਾਂ ਵਿੱਚੋਂ ਕਈ ਜਨਮ ਕੋੜਿਆਂ ਬਲਦਾਂ ਵਿੱਚੋਂ ਕਈ ਜਨਮ ਚਟਾਨਾਂ ਤੇ ਪਹਾੜਾਂ ਵਿੱਚੋਂ ਤੇ ਕਈ ਜਨਮ ਗਰਭ ਵਿੱਚ ਹੀ ਛੀਨੂਦਿਆ ਕਈ ਜਨਮ ਬ੍ਰਹਸਪਤੀ ਚੋਂ अथवा 84 ਲੱਖ ਜੂਣਾ ਵਿੱਚ ਪਵਾਟੜੀਆਂ ਖਾ ਕੇ ਇਸ ਸਰੀਰ ਮਿਲਿਆ ਹੈ ਤਾਂ ਤੇ ਪ੍ਰਭੂ ਨੂੰ ਮਿਲ ਇਹ ਉਸ ਨੂੰ ਮਿਲਣ ਦਾ ਸਮਾ ਹੈ ਤੇ ਪੰਚਮ ਪਾਸ਼ਾ ਜੀ ਨੇ ਸਾਨੂੰ ਇਸ ਦੇ ਵੀ ਸਮਝਾਇਆ ਹੈ ਅਗੇ ਆਸਮਾਲਾ ਪੰਜਵਾਂ ਵਿੱਚ ਵੀ ਨਗੁਰ ਅਰਜਨ ਦੇਵ ਮਹਾਰਾਜ ਨੇ ਸਾਨੂੰ ਜੋ ਸੀ ਰਾਸ ਦੀ ਬਾਣੀ ਸ਼ਾਮ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਸਾਨੂੰ ਬਖਸ਼ਿਸ਼ ਕਰਦੇ ਹਨ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਭਈਆ ਅਵਰ ਕਾਇ ਤਰਕ ਕਿਤੇ ਨਾ ਕਹੋ ਮਿਲ ਸਾਥ ਸੰਗਤ ਪੱਜ ਕੇ ਵਰਨਾ ਫਿਰ ਇਹ ਜੋ ਜੀਵਨ ਮਨੋਰਥ ਹੈ ਇਸ ਬਾਰੇ ਨਵੇਂ ਪਾਤਸ਼ਾਹ ਵੀ ਸੋਰਠ ਰਾਗ ਵਿੱਚ ਪੰਨਾ 631 ਦੇ ਉੱਪਰ ਫਰਮਾਉਂਦੇ ਹਨ फिरत फिरत बहुते जुग हारे हो मानस दे रही ये मनुखा जन्म सानू इसे करके मिलिया है कि अगर असी इस जून के अंदर अब ना पजस भजस का भाई आवे अंत ना पजा जाए जे अंत समय आ जाएगा ਤੇ ਫਿਰ ਅਸੀਂ ਬਿਲਕੁਲੀ ਉਸ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਾਂਗੇ। ਤੋਂ ਅਸੀਂ ਦੇਖੀਏ ਵੀ ਇੰਨਾ ਇੰਪੋਰਟੈਂਟ ਜਿਹੜਾ ਹੈ ਸਬਜੈਕਟ ਹੈ। ਨਾਮ ਦਾ ਅਰਥ ਤੇ ਭਾਵ ਕੀ ਹੈ? ਮੈਂ ਬੇਨਤੀ ਕਰਾਂ ਕਿ ਅਸੀਂ ਨਾਮ ਦੇ ਬਾਰੇ ਕਈ ਵਾਰੀ ਇਸੇ ਪਲੇਟਫਾਰਮ ਦੇ ਉੱਪਰ ਇਸੇ ਕਲਾਸ ਦੇ ਵਿੱਚ ਵਿਚਾਰਾਂ ਸੁਣੀਆਂ ਹਨ। ਲੇਕਿਨ ਕਦੀ ਇੱਕ ਪੱਖ ਹੁੰਦਾ ਹੈ ਕਦੀ ਦੋ ਪੱਖ ਹੁੰਦੇ ਹਨ। ਤੋਂ ਫਿਰ ਕਈ ਕੁਐਸਚਨ ਜਿਹੜੇ ਹਨ ਉਹ ਆਨਸਰ ਅਨਸਰਡ ਰਹਿ ਜਾਂਦੇ ਹਨ। ਕਿਉਂਕਿ ਇਹ ਇੱਕ ਬੜਾ ਵਾਸਟ ਸਬਜੈਕਟ ਹੈ। ਤੋਂ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਸਾਰੇ ਜੋ ਵਿਸ਼ੇ ਹਨ ਅੱਜ ਦੇ ਲੈਕਚਰ ਵਿੱਚ ਸਮਾਪਤ ਨਹੀਂ ਹੋ ਸਕਦੇ। ਤੋਂ ਇਹਨੂੰ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਨੂੰ ਕੰਟੀਨਿਊ ਕਰੀਏ। ਅੱਜ ਨਾ ਹੋ ਸਕੇਗਾ ਆਪ ਜੀ ਦੇ ਨਾਲ ਵਿਚਾਰ ਕਰਾਂਗੇ। ਗੁਰਬਾਣੀ ਵਿੱਚ ਜਿਨ੍ਹਾਂ ਨਾਮ ਸਿਮਰਨ ਤੇ ਜ਼ੋਰ ਦਿੱਤਾ ਗਿਆ ਹੈ। ਅਤੇ ਨਾਮ ਦੀ ਮਹਿਮਾ ਗਾਏ ਹੈ। ਉਹਨਾਂ ਹੀ ਇਸ ਪਦ ਨਾਮ ਨੂੰ ਕਈ ਸਾਰੇ ਗੁਣੇ ਗਿਆਨੀਆਂ ਵਿਦਵਾਨਾਂ ਅੱਤੇ ਸੰਤਾਂ ਮਹਾਂਪੁਰਸ਼ਾਂ ਨੇ ਤ੍ਰਾਤਰਾ ਦੇ ਅਰਥ ਕੱਢ ਕੇ ਅਪਸ਼ਟ ਕਰ ਦਿੱਤਾ ਆ ਬਹੁਤ ਸਾਰੇ ਅਰਥ ਇਸ ਦੇ ਕਰ ਦਿੱਤੇ ਤੋ ਇਸ ਕਰਕੇ ਆਮ ਸੰਗਤਾਂ ਨੂੰ ਇੱਕ ਕਰਫਿਊਨ ਹੋ ਗਿਆ ਕਿ ਅਸਲ ਵਿੱਚ ਨਾਮ ਹੈ ਕਿ ਕਈਆਂ ਨੇ ਇਸ ਨੂੰ ਤੋਤਾ ਰਟਣ ਦੇ ਸਾਹਮਣੇ ਕਰਨਾ ਸ਼ੁਰੂ ਕਰ ਦਿੱਤਾ ਕਈਆਂ ਨੇ ਇਸ ਨੂੰ ਤਰਕਟਮ ਦੇ ਸਾਹਮਣੇ ਕਰਨਾ ਸ਼ੁਰੂ ਕਰ ਦਿੱਤਾ ਅੱਖਾਂ ਮੀਟ ਕੇ ਤੇ ਆਪਣੇ ਪਰਵਟਿਆਂ ਦੇ ਵਿਚਕਾਰ ਕੋਈ ਜੋਤੀ ਲਬਣੀ ਸ਼ੁਰੂ ਕਰ ਦਿੱਤੀ ਤੋ ਕਈਆਂ ਨੇ ਕਿਸੇ ਹੋਰ ਤਰੀਕੇ ਨਾਲ ਉੱਚੀ ਉੱਚੀ ਆਵਾਜ਼ਾਂ ਕੱਢ ਕੇ ਇਸ ਸਿਮਰਨ ਨੂੰ ਕਰਨ ਦਾ ਸ਼ੁਰੂ ਕਰ ਦਿੱਤਾ। ਤੋ ਮੈਂ ਕਿਸੇ ਵੀ ਸਿਸਟਮ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਸ਼ੁਰੂਆਤ ਕਿਸੇ ਨਾ ਕਿਸੇ ਤਰੀਕੇ ਨਾਲ ਕਰਨੀ ਪੈਂਦੀ ਹੈ। ਮੈਂ ਇਸ ਨੂੰ یوں ਸਮਝਦਾ ਕਿ ਜਿਵੇਂ ਜੀਟੀ ਰੋਡ ਹੈ ਜੀਟੀ ਰੋਡ ਕਿੱਥੇ ਪਸ਼ਾਵਰ ਤੋਂ ਚੱਲਦੀ ਹੈ ਤੇ ਕਲਕੱਟਾ ਤੱਕ ਜਾਂਦੀ ਹੈ। ਤੋ ਜਿਹੜਾ ਬੰਦਾ ਜਿਸ ਸ਼ਹਿਰ ਦੇ ਉੱਪਰ ਹੈ ਉਸ ਜੀਟੀ ਰੋਡ ਦੇ ਉੱਪਰ ਉਹ ਜੀਟੀ ਰੋਡ ਦੇ ਉੱਤੇ ਹੀ ਹੈ। ਕੁਸ਼ ਕਰਕੇ ਜਿਸ ਤਰੀਕੇ ਨਾਲ ਵੀ ਪ੍ਰਭੂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹ ਪ੍ਰਭੂ ਦਾ ਸਿਮਰਨ ਹੀ ਕਰਿਆ ਪ੍ਰਭੂ ਦਾ ਨਾਮ ਹੀ ਜਪਿਆ ਤੋਂ ਨਾਮ ਬਾਰੇ ਜਿਹੜਾ ਹੈ ਉਹ ਕੀ ਹੈ ਇਸ ਬਾਰੇ ਕੋਈ ਠੀਕ ਨਿਰਣਾ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਇਸ ਬਾਰੇ ਗੁਰਬਾਣੀ ਤੋਂ ਸੇਧ ਲਈ ਕਿਉਂਕਿ ਜੇ ਮੈਂ ਪਹਿਲੇ ਵੀ ਬੇਨਤੀ ਕਰਦਾ ਰਹਿਣਾ ਕਿ ਅਸੀਂ ਗੁਰਬਾਣੀ ਦੇ ਵਿੱਚ ਕਈ ਐਸੇ ਸ਼ਬਦ ਗੁਰੂਆਂ ਨੇ ਸਤਿਗੁਰਾਂ ਨੇ ਜੋ ਸ਼ਾਮਲ ਕੀਤੇ ਹਨ ਜਿਹੜੇ ਸ਼ਬਦ ਜਿਹੜੇ ਦੂਸਰੇ ਮਤਾਂ ਦੇ ਵਿੱਚ ਵੀ ਉਸ ਤਰ੍ਹਾਂ ਹੂ ਬਹੂ ਉਹਨਾਂ ਦੇ ਟੈਕਸਟ ਬੁక్స్ ਦੇ ਵਿੱਚ ਉਹਨਾਂ ਦੇ ਗ੍ਰੰਥਾ ਵਿੱਚ ਆਉਂਦੇ ਹਨ ਤਾਂ ਉਹ ਉਹਨਾਂ ਲਫ਼ਜ਼ਾਂ ਨੂੰ ਆਪਣੇ ਕਰਮ ਕਾਂਡਾਂ ਦੇ ਨਾਲ ਐਸੋਸੀਏਟ ਕਰਦੇ ਹਨ ਲੇਕਿਨ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਥੇ ਇਸਤੇਮਾਲ ਕਰਕੇ ਗੁਰਗ੍ਰੰਥ ਸਾਹਿਬ ਦੇ ਅੰਦਰ ਸਿੱਖ ਵਿਚਾਰਧਾਰਾ ਨੂੰ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਅਰਥਾਂ ਦੇ ਅੰਦਰ ਉਹ ਦੂਸਰੇ ਮਤਵਤਾਂਤਰਾ ਵਾਲੇ ਲੈਂਦੇ ਹਨ ਜਿਵੇਂ ਸਵਰਗ ਨਰਕ ਦੀ ਗੱਲ ਹੋ ਗਈ ਜਿਵੇਂ ਵਿਸ਼ਤ ਤੇ ਹੋ ਗਈ ਉਸ ਦੀ ਗੱਲ ਉਥੇ ਇਸਤਰੀ ਕੇ ਨਾਲ ਹੈਵਨ اور ਹੈਲਦੀ ਗੱਲ ਹੋ ਗਈ ਤੂੰ ਇਹਨਾਂ ਚੀਜ਼ਾਂ ਨੂੰ ਇਹਨਾਂ ਦੇ ਅਰਥ ਜਿਹੜੇ ਹਨ ਗੁਰਬਾਣੀ ਦੇ ਵਿੱਚ ਬਾਬਾ ਫਰੀਦ ਜੀ ਨੇ ਵੀ ਲਏ ਹਨ ਦੋਜਗ ਦੀ ਗੱਲ ਕੀਤੀ ਹੈ ਬੇਜਿਸ਼ ਦੀ ਗੱਲ ਕੀਤੀ ਹੈ ਤੋਂ ਨਰਕ ਸੁਰਗ ਦੀ ਗੱਲ ਵੀ ਗੁਰਬਾਣੀ ਦੇ ਵਿੱਚ ਆਉਂਦੀ ਹੈ ਪਰ ਇਸ ਦੇ ਅਰਥ ਭਾਵ ਜਿਹੜੇ ਹਨ ਗੁਰਬਾਣੀ ਵਿੱਚ ਬੜੇ ਸਪਸ਼ਟ ਕਲੀਅਰ ਕੀਤੇ ਗਏ ਹਨ ਕਿ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਾਂ ਦਉ ਰਹਤੇ ਕਿ ਸੰਤਾਂ ਨੇ ਤੇ ਰਿਜੈਕਟ ਕਰ ਦਿੱਤੇ ਨਾ ਸਵਰਗ ਬਾਸ ਨਹਿ ਪਾਚੀਏ ਦਰੀਆਂ ਨਾ ਨਰਕ ਨਿਵਾਸ ਹੋਣਾ ਹੈ ਜੋ ਹੋਇਆ ਮਣੇ ਨਾ ਕਹੀ ਜਾ ਰੋਸ ਕਿ ਕਦੀ ਇਸ ਗੱਲ ਦਾ ਧਿਆਨ ਨਹੀਂ ਰੱਖਣਾ ਕਿ ਮੈਂ ਇਹ ਕੰਮ ਧਾਰਮਿਕ ਕਰ ਰਿਹਾ ਤੇ ਇਸ ਕਰਕੇ ਮੈਨੂੰ ਸਵਰਗ ਮਿਲੇਗਾ ਜਾਂ ਮੈਂ ਇਹ ਕੰਮ ਕਰ ਰਿਹਾ ਤੇ ਮੈਨੂੰ ਇਸ ਪਾਸੇ ਨਰਕ ਮਿਲੇਗਾ ਤੋ ਸਿੱਧੇ ਰਸਤੇ ਇਸ ਨਾਮ ਮਾਰਗ ਦੇ ਉਪਰ ਤੁਰੇ ਜਾਣਾ ਹੈ ਇਸ ਦਾ ਜੋ ਹੈ ਜੁਸਰੀ ਕਨਾਲ ਵੀ ਗੁਰੂਆਂ ਨੇ ਦੱਸਿਆ ਜੋ ਗੁਰੂ ਦੱਸੇ ਬਾਟ ਮਰੀਦਾ ਜੋਲੀ ਹੈ ਉਸ ਦੇ ਸਿੱਖ ਬਣ ਕੇ ਚੇਲੇ ਬਣ ਕੇ ਮਰੀਦ ਬਣ ਕੇ ਉਸ ਰਸਤੇ ਦੇ ਉੱਪਰ ਚੱਲੀ ਜਾਣਾ ਹੈ ਤੋ ਇਸ ਨਾਮ ਮਾਰਗ ਦੇ ਬਾਰੇ ਜੋ ਵਿਚਾਰਤਾ ਰਹਾ ਮਣੇ ਉਹ ਮੈਂ ਬੇਨਤੀ ਕਰ ਰਿਹਾ ਕਿ ਉਹਨਾਂ ਨੂੰ ਦੂਸਰੇ ਧਰਮਾਂ ਦੇ ਕੰਟੈਕਸਟ ਵਿੱਚ ਅਸੀਂ ਨਹੀਂ ਸਮਝਣਾ ਤੇ ਅੱਜ ਦਾ ਵਿਸ਼ਾ ਇਸੇ ਕਰਕੇ ਚੁਣਿਆ ਗਿਆ ਕਿ ਅਸੀਂ ਨਾਮ ਨੂੰ ਗੁਰਬਾਣੀ ਦੇ ਆਧਾਰ ਤੇ ਉੱਪਰ ਸਮਝੀਏ ਕਿ ਨਾਮ ਗੁਰਬਾਣੀ ਦੇ ਵਿੱਚ ਕੀ ਹੈ ਦੇ ਹਾਈਸ ਬਾਰੇ ਗੁਰਬਾਣੀ ਤੋਂ ਸੇਧ ਲਈਏ ਅਤੇ ਉਹਨਾਂ ਗੁਰਮੁਖ ਵਿਦਵਾਨਾਂ ਦੀ ਕੋਈ ਤੋਂ ਸਹਾਇਤਾ ਲਈਏ ਜਿਨ੍ਹਾਂ ਨੇ ਗੁਰਬਾਣੀ ਉੱਤੇ ਟੇਕ ਰੱਖੀ ਹੈ ਗੁਰਬਾਣੀ ਦਾ ਆਸਰਾ ਲਿਆ ਹੈ ਅਤੇ ਆਪਣੀ ਅਕਲ ਜਾਂ ਵੱਖ-ਵੱਖ ਕੋਸ਼ਾਂ ਅਨਮਤਾ ਦੇ ਫਲਸਫੇ ਦੇ ਆਧਾਰ ਤੇ ਇਸ ਨਾਮ ਦੀ ਵਿਆਖਿਆ ਨਹੀਂ ਕੀਤੀ ਤਾਂ ਇਸ ਬਾਰੇ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਭਾਈ ਸਾਹਿਬ ਭਾਈ ਜੋਤ ਸਿੰਘ ਜੀ ਜਿਹੜੇ ਕਿ ਬੜੇ ਵਿਦਵਾਨ ਹੋਏ ਹਨ ਸਿੱਖ ਮੱਧੇ ਉਨਾਂ ਨੇ ਆਪਣੀ ਪੁਸਤਕ ਲਿਖੀ ਗੁਰਮਤ ਵਿਰਣਾ ਉਹਦੇ ਪੰਨਾ 176 ਉੱਤੇ ਆਪ ਜੀ ਨਾਮ ਦੇ ਬਾਰੇ ਲਿਖਦੇ ਹਨ ਅਰਥਾਂ ਦੇ ਬਾਰੇ ਕਿ ਕਿਸੇ ਪੁਰਸ਼ ਥਾਂ ਜਾਂ ਵਸਤੂ ਨੂੰ ਜਿਸ ਸੰਗਿਆ ਨਾਲ ਅਸੀਂ ਬੁਕਾਰਦੇ ਹਾਂ ਉਸ ਨੂੰ ਨਾਉ ਜਾਂ ਨਾਮ ਕਹਿੰਦੇ ਹਨ ਹਰ ਇੱਕ ਨਾਮ ਕਿਸੇ ਪਦਾਰਥ ਦਾ ਲਖਾਇਕ ਹੁੰਦਾ ਹੈ ਜੇ ਕਿਸੇ ਸਰੋਤੇ ਨੇ ਕੋਈ ਵਸਤੂ ਵੇਖੀ ਨਾ ਹੋਵੇ ਤਾਂ ਉਸ ਵਸਤੂ ਦਾ ਕਲਪਨਾ ਕਲਪਨਿਕ ਨਾਮ ਦੱਸਣ ਨਾਲ ਉਸ ਨੂੰ ਉਸ ਵਸਤੂ ਦਾ ਗਿਆਨ ਨਹੀਂ ਹੁੰਦਾ ਫਿਰ ਅਸੀਂ ਉਸ ਵਸਤੂ ਦੇ ਗੁਣ ਔਰ ਵਰਣਨ ਕਰਕੇ ਸ੍ਰੋਤੇ ਨੂੰ ਉਸ ਤੋਂ ਜਾਣੂ ਕਰਨ ਦਾ ਯਤਨ ਕਰਦੇ ਹਾਂ ਸਤਿਗੁਰਾਂ ਆਪਣੀ ਬਾਣੀ ਵਿੱਚ ਨਿਰੰਕਾਰ ਦੀ ਹੋਂਦ ਨੂੰ ਦਰਸਾਉਣ ਲਈ ਕਈ ਨਾਮ ਜਿਨ੍ਹਾਂ ਵਿੱਚੋਂ ਬਹੁਤੇ ਅੱਗੇ ਵੀ ਵਰਤੇ ਜਾਂਦੇ ਸਨ ਜਿਵੇਂ ਮੈਂ ਬੇਸਤੀ ਬੇਤੀ ਕੀਤੀ ਹੈ ਉਹ ਇੱਥੇ ਇਸਤੇਮਾਲ ਕੀਤੇ ਹਨ ਗੁਰਬਾਣੀ ਦੇ ਵਿੱਚ ਨਾਲ ਹੀ ਨਿਰੰਕਾਰ ਦੇ ਗੁਣ ਵੀ ਵਰਣਨ ਕੀਤੇ ਹਨ ਤਾਂ ਜੋ ਨਿਰੇ ਕਲਪਤ ਨਾਮ ਤੋਂ ਤੇ ਦੂਸਰੇ ਮਤਾ ਮਤਾਦਰਾ ਵਿੱਚ ਹਨ ਉਹਦੇ ਨਾਲ ਕਨਫਿਊਜ਼ ਨਾ ਹੋਈਏ ਜੇ ਕੋਈ ਭਲੇਖਾ ਕਿਸੇ ਦੇ ਮਨ ਵਿੱਚ ਰਹਿ ਗਿਆ ਹੋਵੇ ਤਾਂ ਉਹ ਵੀ ਦੂਰ ਹੋ ਜਾਵੇ ਜਦੋਂ ਅਸੀਂ ਉਹਨਾਂ ਨਾਲ ਜੋ ਨਿਰੰਕਾਰ ਦੇ ਗੁਣ ਜਿਹੜੇ ਹਨ ਉਹਨਾਂ ਪ੍ਰਾਇਵਚੀ ਸ਼ਬਦਾਂ ਦੇ ਨਾਲ ਜਿਵੇਂ ਅਸੀਂ ਰਾਮ ਕ੍ਰਿਸ਼ਨ ਜਿਹੜਾ ਮਾਧੋ ਇਹੋ ਜਿਹੇ ਲਫ਼ਜ਼ ਜਿਹੜੇ ਹਨ ਵਰਤਨੇ ਹਨ ਤਾਂ ਜਦੋਂ ਅਸੀਂ ਪਰਮਾਤਮਾ ਦੇ ਗੁਣਾਂ ਦੀ ਗੱਲ ਕਰਦੇ ਹਾਂ ਉਸ ਵੇਲੇ ਜਦੋਂ ਅਸੀਂ ਗੁਰਬਾਣੀ ਦੀ ਵਿਆਖਿਆ ਕਰਦੇ ਹੋਈਏ ਤਾਂ ਮੈਂ ਇੱਕ ਬੇਨਤੀ ਕਰਦਾ ਕਿ ਜੋ ਕਨਸਟੀਟਿਊਸ਼ਨ ਇੰਡੀਅਨ ਕਨਸਟੀਟਿਊਸ਼ਨ ਬਣਿਆ ਹੋਇਆ ਹੈ ਰਿਟਨ ਉਹਦੇ ਵਿੱਚ ਇਹ ਧਾਰਨਾ ਹੈ ਕਿ ਕਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਕਰਨ ਲੱਗਿਆਂ ਕਿਤੇ ਵੀ ਕਨਫਿਊਜ਼ਨ ਹੋਵੇ ਤੇ ਯੂ ਰੈਫਰ ਟੂ ਦਾ ਪ੍ਰੀਅੰਬਲ ਉਹ ਪ੍ਰੀਅੰਬਲ ਜਿਹੜਾ ਹੁੰਦਾ ਉਹ ਬੇਸਿਕ ਜਿਹੜਾ ਆ ਉਹ ਟੈਕਸਟ ਹੁੰਦਾ ਹੈ ਤੇ ਉੱਥੇ ਦੇਖ ਲਿਆ ਜਾਏ ਵੀ ਜੋ ਬੇਸਿਕ ਗੱਲਾਂ ਕਹੀਆਂ ਨੇ ਉਹਦੇ ਵਿਰੁੱਧ ਨਹੀਂ ਜਾਂਦਾ ਤੋ ਇਸ ਤਰ੍ਹਾਂ ਜਦੋਂ ਅਸੀਂ ਕੁਰਬਾਨੀ ਦੇ ਇੰਟਰਪ੍ਰੀਟੇਸ਼ਨ ਕਰਦੇ ਆ ਤਾਂ ਕਿਤੇ ਸਾਨੂੰ ਕੋਈ ਕਨਫਿਊਜ਼ਨ ਹੋਵੇ ਤੇ ਸਾਨੂੰ ਮੂਲ ਮੰਤਰ ਜੋ ਤਰਗੁਨ ਨਾਮ ਪਾਸ਼ਾ ਜੀ ਨੇ ਜਪ ਬਾਣੀ ਦੇ ਸ਼ੁਰੂ ਵਿੱਚ ਬਖਸ਼ਿਸ਼ ਕੀਤਾ ਹੈ ਜਿੱਦੇ ਅੰਦਰ ਪਰਮਾਤਮਾ ਨੂੰ ਗੁਨਾਤਮਕ ਰੂਪ ਦੇ ਅੰਦਰ ਪੇਸ਼ ਕੀਤਾ ਹੈ ਉਹਨਾਂ ਦੇ ਨਾਲ ਸਾਨੂੰ ਆਪਣੇ ਵਿਚਾਰਾਂ ਨੂੰ ਜਿਹੜਾ ਹੈ ਉਹ ਪਰਖ ਲੈਣਾ ਚਾਹੀਦਾ ਹੈ ਕਿ ਸਾਡੇ ਸੋਚ ਠੀਕ ਹੈ ਜਾਂ ਗਲਤ ਹੈ ਕਿ ਕਿਤੇ ਅਸੀਂ ਇਹ ਨਾ ਜੋ ਨਾਮ ਗੁਰ ਗ੍ਰੰਥ ਸਾਹਿਬ ਵਿੱਚ ਦਿੱਤੇ ਗਏ ਹਨ ਇਹਨਾਂ ਨੂੰ ਅਨੁਮਤੀਆਂ ਦੇ ਜਿਹੜੇ ਟਾਰਟ ਪ੍ਰੋਸੈਸ ਹੈ ਉਹਦੇ ਨਾਲ कंफ्यूज ਨਹੀਂ ਅਸੀਂ ਕਰ ਤੋ ਕੁਝ ਇਸੇ ਤਰ੍ਹਾਂ ਦੇ ਵਿਚਾਰ ਹੀ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਵੀ ਪ੍ਰਗਟ ਕੀਤੇ ਹਨ ਤੇ ਆਪ ਜੀ ਲਿਖਦੇ ਹਨ ਕਿ ਨਾਮ ਇਸ ਦਾ ਸੰਸਕ੍ਰਿਤ ਰੂਪ ਹੈ ਨਾਮਣ ਤਾਤੂ ਹੈ ਯਾਦ ਰੱਖਣਾ ਯਾਦ ਕਰਨਾ ਨਾਮਨ ਤੋਂ ਪ੍ਰਾਕ੍ਰਿਤ ਤੇ ਪੰਜਾਬੀ ਰੂਪ ਹੈ ਨਾਮ ਇਸ ਦਾ ਫਾਰਸੀ ਰੂਪ ਵੀ ਨਾਮ ਹੀ ਹੈ ਤੇ ਅੰਗਰੇਜ਼ੀ ਰੂਪ ਨੇਮ ਹੈ ਐਨ ਏ ਐਮ ਈ ਜਿਹੜੇ ਅਸੀਂ ਆਮ ਤੌਰ ਤੇ ਵਰਤਨੇ ਆ ਕਿ ਵਾਟ ਇਜ਼ ਯੂਰ ਨੇਮ ਮਾਈ ਨੇਮ ਇਜ਼ ਇਸ ਦਾ ਅਰਥ ਹੈ ਕਿ ਜਿਸ ਪਦ ਕਰਕੇ ਕਿਸੇ ਨੂੰ ਹੋਰਨਾ ਤੋਂ ਵਿਖੇਪਤਾ ਲੈ ਕੇ ਸੱਦਿਆ ਜਾਏ ਉਹ ਆਪਣੇ ਨਾਲ ਉਸ ਨਾਮ ਨਾਲ ਨੂੰ ਆਪਣੇ ਨਾਮ ਦੇ ਨਾਲ ਸੰਬੋਧਨ ਕਰਕੇ ਉਸ ਉਸ ਦੇ ਪਰਥਾਏ ਸੰਬੋਧਨ ਕੀਤਾ ਜਾਂਦਾ ਹੈ ਉਹ ਨਾਮ ਹੈ ਕਿਸੇ ਵਸਤੂ ਦਾ ਵਾਚਕ ਪਦ ਜੋ ਅਰਥ ਦਾ ਲਖਾਇਕ ਹੋਵੇ ਯਥਾ ਮਾਇਆ ਨਾਮ ਗਰਭ ਕਾ ਤੈ ਤਜ ਦਰਸ਼ਨ ਪਾਵਾਂ 50693 ਤਾ ਸ੍ਰੀ ਨਾਮਦੇਵ ਜੀ ਗੁਰਬਾਣੀ ਵਿੱਚ ਨਾਮ ਨੂੰ ਨਾਉ ਨਾਏ ਨਾ ਨਨਕ ਕੰਨੇ ਨੂੰ ਨੰਨੇ ਨੂੰ ਕੰਨਾ ਪੂੜਾ ਦੱਲੇ ਹੋਂਕੜ ਦੂਸਰਾ ਨੰਨਾ ਨੰਨੇ ਨੂੰ ਕੰਨਾ ਵਾਵਾ ਮੁਕਤਾ ਤੇ ਦੂਸਰਾ ਨੰਨੇ ਨੂੰ ਕੰਨਾ ਤੇ ਈੜੀ ਨੂੰ ਸਿਆਰੀ ਇਹਨਾਂ ਰੂਪਾਂ ਵਿੱਚ ਵੀ ਲਿਖਿਆ ਮਿਲਦਾ ਹੈ ਇਥਾ ਨਾਉ ਤੇਰਾ ਨਿਰੰਕਾਰ ਹੈ ਪੰਨਾ 465 ਬਾਹਰ ਆਸਾ ਅੱਲਾ ਪਹਿਲ ਇਥੇ ਚ ਨਾਉ ਦੇ ਉੜੇ ਉੜੇ ਨੂੰ ਕਰਨਾ ਹੈ ਇੱਥੇ ਔਂਕੜ ਹੈ ਦੂਸਰਾ ਹੈ ਨਾਵੇਂ ਅੰਦਰ ਹਉ ਵਸਾਂ ਸਿਰ ਰਾਗ ਅੱਲਾ ਪਹਿਲਾ ਕਰਨਾ 52 ਕਿਤੇ ਵਾਵੇ ਨੂੰ ਦਲਾਵਾ ਹਨ ਸਾਚਾ ਸਾਹਿਬ ਸਾਚ ਨਾਏ ਇਥੇ ਨੰਨਾ ਨੂੰ ਕਰਨਾ ਤੇ ਈੜੀ ਨੂੰ ਸਿਆਰੀ ਹੈ ਜਬ ਬਾਣੀ ਦੇ ਵਿੱਚ ਤੋ ਆਪ ਜੀ ਇੱਕ ਹੋਰ ਜਗ੍ਹਾ ਵੀ ਫਰਮਾਉਂਦੇ ਹਨ ਕਿ ਨਾਮ ਜਿਸ ਦਾ ਅਭਿਆਸ ਕੀਤਾ ਜਾਵੇ ਪਰਮੇਸ਼ਰ ਦਾ ਨਾਮ ਹੈ ਭਗਤ ਸਿੰਘ ਜੀ ਸਪਸ਼ਟ ਕਰਦੇ ਹਨ ਕਿ ਨਾਮ ਕੀ ਹੈ ਜਿਸ ਦਾ ਅਭਿਆਸ ਕੀਤਾ ਜਾਵੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੇ ਨਾਮ ਤੋਂ ਤਾਜ ਪਰ ਉਸ ਦੇ ਨਾਮ ਦਾ ਹੈ ਉਸ ਦੇ ਗੁਣਾਂ ਦਾ ਧਿਆਨ ਕਰਕੇ ਅਭਿਆਸ ਕਰਨ ਤੋਂ ਹੈ ਜਿਸ ਕਰਕੇ ਅੰਤਰ ਕਰਨ ਦੀ ਸ਼ੁੱਧੀ ਹੁੰਦੀ ਹੈ ਤੇ ਉਸ ਨਾਮ ਰੂਪੀ ਗੁਣਾ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਨਿਰਪਉ ਜਪਾਸ ਗਲਪ ਹੋ ਮਿਟਾ ਹੈ ਰੱਬ ਕਿਰਪਾ ਤੇ ਪ੍ਰਾਨੀ ਛੁਟੇ ਨਿਰਵੈਰ ਦੇ ਨਿਰਪਉ ਨਿਰਵੈਰ ਹੋਣ ਦੀ ਜੋ ਪ੍ਰਕਿਰਿਆ ਹੈ ਉਹ ਵੀ ਇੱਕ ਨਾਮ ਸਿਮਰਨ ਦਾ ਹੀ ਤਰੀਕਾ ਹੈ ਨਾਮ ਦੇ ਅਰਥਾਂ ਨੂੰ ਵਿਸਤਾਰ ਸਹਿ ਸਮਝਾਉਂਦਿਆਂ ਹੋਇਆ ਭਾਈ ਸਾ 20 ਸਿੰਘ ਵੀ ਲਿਖਦੇ ਹਨ ਕਿ ਹਰਥ ਹੈ ਹਰ ਦਾ ਜਾਨਦਾਰ ਵਿੱਚ ਗੁਣ ਸੁਭਾਅ ਹੁੰਦੇ ਹਨ ਔਰ ਇਹ ਆਪਸ ਵਿੱਚ ਕੁਝ ਨਾ ਕੁਝ ਪਿੰਤਾ ਰੱਖਦੇ ਹਨ ਇਸ ਸਪੰਤਾ ਕਰਕੇ ਇੱਕ ਦੂਜੇ ਦੀ ਪਛਾਣ ਹੁੰਦੀ ਹੈ ਔਰ ਜਦ ਕਿਸੇ ਨੂੰ ਸਿਆਣ ਪਛਾਣਦਾ ਹੈ ਤਾਂ ਕਿਸੇ ਨਾ ਕਿਸੇ ਤਰ੍ਹਾਂ ਦੇ ਗੁਣ ਜਾਂ ਸਵਾਬ ਜਾਂ ਦੋਹਾਂ ਕਰਕੇ ਜਿਹੜਾ ਹੈ ਉਹ ਪਛਾਣ ਆਉਂਦੀ ਹੈ ਇਹ ਸਿਆਣ ਜਦ ਇੱਕ ਆਦਮੀ ਤੋਂ ਦੂਜੇ ਤੱਕ ਪਹੁੰਚਾਣੀ ਹੋਵੇ ਕਿ ਇਸ ਪਛਾਣ ਨੂੰ ਅਗਰ ਇੱਕ ਤੋਂ ਦੂਜੇ ਬੰਦੇ ਤੱਕ ਨੂੰ ਪਹੁੰਚਾਣੀ ਹੋਵੇ ਤਾਂ ਇਸੇ ਤਰ੍ਹਾਂ ਬਚਾਈ ਜਾਂਦੀ ਹੈ ਕਿ ਉਸ ਨਿਖਤੇ ਜਾਂ ਉਸ ਚੀਜ਼ ਦੇ ਗੁਣ ਦੱਸੇ ਜਾਂਦੇ ਹਨ ਤਾਂ ਤੋਂ ਇਸ ਤਰ੍ਹਾਂ ਪਛਾਣ ਦਾ ਇੱਕ ਦੂਸਰੇ ਨੂੰ ਪਛਾਣਾ ਬੜਾ ਲੰਮਾ ਕੰਮ ਹੋ ਜਾਂਦਾ ਹੈ ਇਸ ਨੂੰ ਸੋਖਾ ਕਰਨhetra ਹਰ ਚੀਜ਼ ਹਰ ਜਾਨਦਾਰ ਹਰ ਥਾਂ ਹਰ ਐਸੀ ਚੀਜ਼ ਲਈ ਜਿਸ ਦਾ ਗਿਆਨ ਮਨੁੱਖ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੁੰਦਾ ਹੈ ਉਸ ਨਾਲ ਹੀ ਸੰਕੇਤ ਕੀਤਾ ਜਾਂਦਾ ਹੈ ਜਿਸ ਤੋਂ ਪਰਸਪਰ ਸਿਆਣ ਜਾਂ ਗਿਆਨ ਪਛਾਣ ਜਾਂ ਗਿਆਨ ਦੇ ਦਰਸ਼ਨ ਸਮਝਣ ਵਿੱਚ ਮਨੁੱਖ ਨੂੰ ਬਹੁਤ ਸੁੱਖ ਮਿਲਿਆ ਹੈ ਤਾਤੇ ਨਾਮ ਇੱਕ ਤਰ੍ਹਾਂ ਦਾ ਗਿਆਨ ਪ੍ਰਚਾਰੀ ਹੈ ਭਾਈ ਸਾਹਿਬ ਜੀ ਨੇ ਦੱਸਿਆ ਹੈ ਉਹ ਕੋਸ਼ ਵਿੱਚ ਨਾਮ ਮਾਂ ਤੋਂ ਬਣਦਾ ਲਿਖਿਆ ਹੈ ਜਿਸਦੇ ਅਰਥ ਹਨ ਉਹ ਜੋ ਯਾਦ ਕਰਾਏ ਜਾਂ ਚੇਤੇ ਕਰਾਏ ਜਦ ਕਿਸੇ ਦੀ ਸਮ੍ਰਿਤੀ ਵਿੱਚ ਯਾਦ ਵਿੱਚ ਕੋਈ ਗੱਲ ਆਉਂਦੀ ਹੈ ਤੇ ਉਸ ਨੂੰ ਦੂਏ ਨੂੰ ਦੂਜੇ ਨੂੰ ਦੱਸਣੀ ਹੁੰਦੀ ਹੈ ਤਾਂ ਉਸ ਦਾ ਸੰਕੇਤਕ ਨਾਮ ਲਿਆ ਜਾਂਦਾ ਹੈ ਸੁਣਨ ਵਾਲਾ ਝੱਟ ਸਮਝ ਜਾਂਦਾ ਹੈ ਕਿਉਂਕਿ ਨਾਮ ਸੁਣਦੇ ਸਾਰ ਹੀ ਉਸ ਗੱਲ ਦਾ ਜਿਤਨਾ ਕੋ ਗਿਆਨ ਉਸ ਨੂੰ ਹੁੰਦਾ ਹੈ ਉਹ ਸਮੇਤ ਉਹ ਸਾਰੇ ਦੀ ਯਾਦ ਜਾਂ ਚੇਤੇ ਆ ਜਾਂਦੀ ਹੈ ਇਸ ਤਰ੍ਹਾਂ ਅਕਾਲ ਪੁਰਖ ਬਾਰੇ ਵੀ ਮਨੁੱਖ ਨੇ ਇਸ ਤਰੀਕੇ ਨਾਲ ਹੀ ਸੋਚ ਬਣਾਈ ਹੈ ਅਕਾਲ ਪੁਰਖ ਮਨ ਤੋਂ ਮਨ ਤੋਂ ਜਿਹੜਾ ਹੈ ਅਵਿਸ਼ ਹੈ ਦੂਰ ਹੈ ਮਨ ਦੇ ਵਿੱਚ ਸਾਰੇ ਇਹ ਨਹੀਂ ਵਸਦਾ ਪਰ ਇਹ ਚੇਤੇ ਕਰਨ ਲਈ ਕਿ ਮਨ ਬਾਣੀ ਤੋਂ ਜਿਹੜੀ ਹੈ ਉਸੇ ਸਮਝ ਆਉਂਦੀ ਹੈ ਰੂਪ ਰੇਖ ਤੋਂ ਨਿਆਰਾ ਹੈ ਜੋ ਕਰਤਾਰ ਹੈ ਉਸ ਦਾ ਚੇਤਾ ਕਰਨਾ ਹੈ ਤੇ ਉਸ ਦਾ ਚੇਤਾ ਕਰਨੇ ਲਈ ਉਸ ਅਗੰਤ ਤੋਂ ਅਗੋਚਰ ਨੂੰ ਆਪਣੀ ਯਾਦ ਵਿੱਚ ਲਿਆਉਣ ਲਈ ਵੀ ਉਸ ਦਾ ਗਿਆਨ ਤੇ ਗਿਆਨ ਦਾ ਪਰਸਪਰ ਵਟਾਉ ਨਾਮ ਬਿਨਾ ਨਹੀਂ ਹੋ ਸਕਦਾ ਇਸ ਕਰਕੇ ਮਨੁੱਖ ਨੇ ਆਪਣੇ ਗਿਆਨ ਲਈ ਉਸ ਦੇ ਨਾਮ ਵੀ ਸੰਕੇਤ ਕੀਤੇ ਹਨ ਇਹ ਨਾਮ ਦੋ ਤਰ੍ਹਾਂ ਦੇ ਹਨ ਗੁਣ ਸੁਭਾਵ ਜੋ ਸੰਸਾਰ ਵਿੱਚ ਵਰਤਦੇ ਹਨ ਉਹ ਸਭ ਕਾਲ ਦੇਸ਼ ਤੇ ਨਿਮਿਤ ਨਾਲ ਜਕੜੇ ਹੋਏ ਹਨ ਪਰ ਪਰਮੇਸ਼ਰ ਇਹਨਾਂ ਤੋਂ ਅਤੀਤ ਹੈ ਇਸ ਕਰਕੇ ਜੋ ਮਨੁੱਖ ਖਿਆਲ ਕਰ ਸਕਦਾ ਹੈ ਕਿ ਸਦਾ ਅਟਲ ਸਦਾ ਸੱਚ ਗੁਣ ਸੁਭਾਵ ਜੋ ਉਹ ઈશ્વਰ ਵਿਚ ਹਨ ਉਹ ਹੀ ਨਾਮ ਦੇ ਰਾਹੀਂ ਪ੍ਰਗਟ ਹੁੰਦੇ ਹਨ ਜਿਸ ਤਰ੍ਹਾਂ ਅਸੀਂ ਜਿਹੜੀ ਇਹ ਸਤ ਚਿਤ ਆਨੰਦ ਦੀ ਗੱਲ ਕਰਦੇ ਹਾਂ ਪਰਮੇਸ਼ਰ ਤ੍ਰਿਕਾਲ ਆਬਾਦ ਰੂਪ ਹੈ ਇਸ ਕਰਕੇ ਉਸ ਦਾ ਨਾਮ ਸਤ ਜਾਂ ਅਸਤੀ ਹੈ ਉਹ ਸਦਾ ਚੇਤਨ ਹੈ ਇਸ ਕਰਕੇ ਚਿਤ ਜਾਂ ਯਾਦ ਵਿੱਚ ਸਦਾ ਚੇਤਨ ਸਦਾ ਸਤ ਸਦਾ ਹੀ ਆਨੰਦ ਪ੍ਰੇਮ ਰੂਪ ਹੈ ਇਸ ਕਰਕੇ ਆਨੰਦ ਦਾ ਜਿਹੜਾ ਹੈ ਇਹ ਪ੍ਰਾਇਵਾਚੀ ਇਹ ਸਰੂਪ ਲਖਾਇਕ ਨਾਮ ਹੈ ਬਾਕੀ ਨਾਮ ਕਈ ਲੋਕ ਕਈ ਇਕ ਲੋੜਾਂ ਕਈ ਉਸ ਦੀ ਕਿਰਪਾਲਤਾ ਗੁਣਾ ਆਦਕ ਤੋਂ ਸੰਕੇਤ ਹੋਏ ਹਨ ਗੁਰੂ ਜੀ ਨੇ ਸਾਰੇ ਨਾਮ ਗਿਣ ਕੇ ਕਿਰਤਮ ਨਾਮ ਉਹਨਾਂ ਨੂੰ ਕਿਹਾ ਹੈ ਤੇ ਸਤਨਾਮ ਨੂੰ ਸਤਨਾਮ ਤੇਰਾ ਪਰਾਪੁਰਬਲਾ ਆਖਿਆ ਹੈ ਸਿੱਟਾ ਇਹ ਹੈ ਦੇ ਨਾਮ ਜਿਸ ਤਰ੍ਹਾਂ ਸੰਸਾਰਿਕ ਪ੍ਰਤਾ ਵਿੱਚ ਚੇਤੇ ਕਰਦਾ ਹੈ ਇਸੇ ਤਰ੍ਹਾਂ ਅਗੰਤੈ ਗੋਚਰ ਵਾਹਿਗੁਰੂ ਦੇ ਸਿਮਰਨ ਦਾ ਵਸੀਲਾ ਵੀ ਹੈ ਨਾਮ ਆ ਸਿਮਰਨ ਪਰਮਾਤਮਾ ਪਰਮਾਰਥ ਵਿੱਚ ਇੱਕੋ ਅਰਥ ਰੱਖਦੇ ਹਨ ਨਾਮ ਅਰ ਸਿਮਰਨ ਪਰਮਾਰਥ ਵਿੱਚ ਇੱਕੋ ਅਰਥ ਰੱਖਦੇ ਹਨ ਨਾਮ ਜਪਣਾ ਸਿਮਰਨ ਕਰਨਾ ਸਿਮਰਨ ਉਸ ਸ਼ਾਇਦ ਆ ਵਧਿਕ ਰਹਿੰਦਾ ਹੈ ਜੋ ਸਾਨੂੰ ਪਿਆਰੇ ਹੋ ਗਏ। ਭਾਵ ਕਹਿੰਦਾ ਸਿੱਧੇ ਸਾਦੀ ਭਾਸ਼ਾ ਵਿੱਚ ਕਿ ਸਾਨੂੰ ਉਹ ਚੀਜ਼ ਯਾਦ ਰਹਿੰਦੀ ਹੈ ਜਿਸ ਦੇ ਨਾਲ ਸਾਡੀ ਅਟੈਚਮੈਂਟ ਹੋ ਗਈ। ਜਿਸ ਦੇ ਨਾਲ ਸਾਡਾ ਪਿਆਰ ਹੋ ਗਏ। ਜੇ ਉਸ ਦੇ ਨਾਲ ਪਿਆਰ ਨਹੀਂ ਹੈ ਤੇ ਫਿਰ ਆਊਟ ਆਫ ਸਾਈਡ ਆਊਟ ਆਫ ਮਾਈਂਡ ਹੋ ਜਾਂਦਾ। ਤੇ ਇਸ ਲਈ ਪ੍ਰਮਾਤਮਾ ਜੋ ਹੈ ਉਹ ਸਾਹਮਣੇ ਦਿਖਦਾ ਨਹੀਂ ਹੈ। ਉਹਦੇ ਕੋਈ ਫਿਜ਼ੀਕਲ ਐਟਰੀਬਿਊਟਸ ਨਹੀਂ ਹਨ। ਇਸ ਕਰਕੇ ਉਹਨਾਂ ਦੇ ਗੁਣਾ ਨਾਲ ਪਿਆਰ ਕਰਨਾ ਪਏਗਾ ਤਾਂ ਕਿ ਉਹਦਾ ਚੇਤਾ ਜਿਹੜਾ ਹੈ ਸਿਮਰਨ ਹਮੇਸ਼ਾ ਹੀ ਸਾਡੇ ਮਨ ਵਿੱਚ ਰਵੇ ਤਦ ਤੋਂ ਜੋ ਉਸ ਦਾ ਵਧੀਕ ਸਿਮਰਨ ਕਰੀਏ ਤਾਂ ਧਿਆਨ ਉਸੇ ਵੀ ਜੁੜਨ ਲੱਗ ਪੈਂਦਾ ਹੈ ਜਿਸ ਦਾ ਸਿਮਰਨ ਤੇ ਧਿਆਨ ਸਦੀਵ ਰਹੇ ਉਸ ਨਾਲ ਫਿਰ ਖਿੱਚ ਪੈਦਾ ਹੁੰਦੀ ਹੈ ਸਦਾ ਖਿੱਚ ਜਿਸ ਵੱਲ ਲੱਗੀ ਰਹੇ ਉਸ ਵਿੱਚ ਹਿੱਤ ਜਾਂ ਪਿਆਰ ਜਾਂ ਪ੍ਰੇਮ ਜਿਹੜਾ ਹੈ ਗੁੜਾ ਹੋ ਜਾਂਦਾ ਤੇ ਇਹ ਸੁੱਤੇ ਸਿੱਧ ਗਿਆਨ ਹੈ ਜਿਸ ਦੇ ਨਾਲ ਚੇਤ ਲਾਈਏ ਉਹ ਪ੍ਰਾਪਤ ਹੁੰਦੀ ਹੈ ਤਾਂ ਹੀ ਸਾਨੂੰ ਦੱਸਿਆ ਹੈ ਸਾਜ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਤੋ ਪਰਮਾਤਮਾ ਨਾਲ ਪ੍ਰਾਪਤੀ ਪਰਮਾਤਮਾ ਦਾ ਸਿਮਰਨ ਪਰਮਾਤਮਾ ਨਾਲ ਪਿਆਰ ਪਾਉਣਾ ਹੈ ਪਰਮਾਤਮਾ ਦੇ ਗੁਣਾਂ ਨਾਲ ਪਿਆਰ ਪਾਉਣਾ ਹੈ ਔਰ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਅੰਦਰ ਹਮੇਸ਼ਾ ਤਾਜ਼ਾ ਰੱਖਣਾ ਹੈ ਔਰ ਯਾਦ ਰੱਖਣਾ ਹੈ ਏਉਂ ਨਾਮ ਔਰ ਨਾਮੀ ਦੀ ਪ੍ਰਾਪਤੀ ਹੁੰਦੀ ਹੈ ਅਸੀਂ ਸਮਝਿਆ ਹੈ ਕਿ ਨਾਮ ਔਰ ਨਾਮੀ ਦੇ ਵਿੱਚ ਕੋਈ ਫਰਕ ਨਹੀਂ ਹੈ ਨਾਮ ਹੈ ਜਿਵੇਂ ਕਿਸੇ ਨੂੰ ਕਿਹਾ ਜਾਵੇ ਫਲਾਣਾ ਸਿੰਘ ਹੈ ਜੀ ਇੰਜੀਨੀਅਰ ਤੇ ਉਹ ਇੰਜੀਨੀਅਰ ਉਹਦੀ ਕੁਆਲਟੀਜ਼ ਹਨ ਤੇ ਜਦੋਂ ਅਸੀਂ ਉਸ ਦਾ ਨਾਮ ਲੈਨੇ ਆ ਤਾਂ ਸਾਨੂੰ ਸਹਿਜੇ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਇੰਜੀਨੀਅਰ ਹੈ ਤੇ ਜਦੋਂ ਅਸੀਂ ਨਿਰਪਾਉ ਨਿਰਵੈਰ ਦੀ ਗੱਲ ਕਰਦੇ ਆ ਅਕਾਲ ਮੂਰਤ ਦੀ ਗੱਲ ਕਰਦੇ ਆ ਤਾਂ ਸਾਨੂੰ ਸਹਿਜੇ ਉਸ ਪ੍ਰਮਾਤਮਾ ਦੇ ਬਾਰੇ ਧਿਆਨ ਆ ਜਾਂਦਾ ਹੈ ਕਿ ਇੱਕੋ ਇੱਕ ਬਾਦ ਹਸਤੀ ਹੈ ਕਿ ਜੋ ਇੱਕ ਓੰਕਾਰ ਤੋਂ ਲਾ ਕੇ ਕੇ ਤੇ ਆ ਸੱਚ ਜੁਗਾਸ ਸੱਚ ਹੈ ਵੀ ਸੱਚ ਨਾਨਕ ਕੋਸੀ ਵੀ ਸੱਚ ਵੀ ਉਹਦੇ ਅੰਦਰ ਫੇਰ ਗੁੰਨ ਹਨ ਉਸਦੇ ਤੋਂ ਜਿਵੇਂ ਅਸੀਂ ਸੂਰਜ ਦੀ ਗੱਲ ਕਰਦੇ ਹਾਂ ਤੇ ਉਹ ਸੂਰਜ ਦੀ ਧੁੱਪ ਉਸੇ ਦਾ ਪ੍ਰਕਾਸ਼ ਹੈ ਤਾਂ ਸੂਰਜ ਨੂੰ ਔਰ ਉਸ ਦੀ ਧੁੱਪ ਨੂੰ ਅਸੀਂ ਅਲੱਗ ਨਹੀਂ ਕਰ ਸਕਦੇ ਜਿੱਥੇ ਜਿੱਥੇ ਸੂਰਜ ਹੈ ਉੱਥੇ ਉਸ ਦੀ ਪ੍ਰਕਾਸ਼ ਹੈ ਉੱਥੇ ਉਸ ਦੀ ਧੁੱਪ ਹੈ ਤੇ ਜਿੱਥੇ ਧੁੱਪ ਹੈ ਉਸ ਤੋਂ ਅਸੀਂ ਅੰਦਾਜ਼ ਰਗਾਸਿਕ ਦੇਖਿਆ ਕਿ ਤੇ ਸੂਰਜ ਚੜਿਆ ਆ। ਆ ਨਾਮ ਚਾਨਣਾ ਹੈ ਉਸੇ ਨੂਰ ਦੇ ਰਸਤੇ ਦਾ। ਆ ਉਸ ਪਰਮਾਤਮਾ ਦਾ ਜੋ ਚਾਨਣਾ ਹੈ ਉਹ ਜੋ ਇੱਕ ਨੂਰ ਹੈ। ਤੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਬੰਦੇ? ਤੋਂ ਉਹ ਪਰਮਾਤਮਾ ਨੇ ਅਵਲ ਅੱਲਾ ਨੂਰ ਉਪਾਇਆ। ਤੇ ਉਹ ਜੋ ਉਹਦਾ ਨੂਰ ਹੈ ਉਸ ਦਾ ਜਿਹੜਾ ਚਾਨਣਾ ਹੈ ਉਸ ਪਰਮਾਤਮਾ ਤੱਕਨ ਪਹੁੰਚੰਦਾ ਰਸਤਾ ਹੈ। ਉਹ ਇੱਕ ਹੈ ਉਸ ਦਾ ਨਾਮ ਹੈ ਇੱਕ ਹੈ। ਉਹ ਸਾਥੋਂ ਦੂਰ ਹੈ ਪਰ ਨੇੜੇ ਵੀ ਹੈ ਜਿਵੇਂ ਸੂਰਜ ਦੂਰ ਹੈ ਪਰ ਤੁਪ ਨੇੜੇ ਹੈ ਉਹ ਸੂਰਜ ਹੈ ਨਾਮ ਤੁਪ ਹੈ ਇਹ ਗੁਰਨਾਨਕ ਚਮਤਕਾਰ ਵਿੱਚ ਗੋਸ਼ਟ ਮੀਆਂ ਮਿੱਠਾ ਮਿੱਠਾ ਨਾਮ ਦੇ ਚੈਪਟਰ ਹੈ ਉਹਦੇ ਅੰਦਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਨਾਮ ਨਿਰ ਸੰਗਿਆ ਮਾਤਰਾ ਹੀ ਨਹੀਂ ਸਗੋਂ ਇਹ ਪਦ ਪ੍ਰਭੂ ਦੀ ਹੋਂਦ ਲਈ ਵੀ ਵਰਤਿਆ ਗਿਆ ਹੈ ਇਸ ਬਾਰੇ ਭਾਈ ਜੋਤ ਸਿੰਘ ਜੀ ਨੇ ਲਿਖਿਆ ਹੈ ਪਰ ਨਾਮ ਪਦ ਗੁਰਬਾਣੀ ਵਿੱਚ ਨਿਰਾਸੰਗਿਆ ਦੇ ਅਰਥ ਵਿੱਚ ਹੀ ਨਹੀਂ ਨਹੀਂ ਆਇਆ ਛੇਟ ਲਿਖੇ ਗੁਰੂ ਆਖ ਦੀ ਵਿਚਾਰ ਸਾਨੂੰ ਨਾਮ ਦਾ ਇੱਕ ਹੋਰ ਅਰਥ ਵੀ ਦਰਸਾਉਂਦੀ ਹੈ ਤੋਂ ਆਉ ਉਸ ਨੂੰ ਦੇਖਦੇ ਹਾਂ ਗੋੜੀ ਸੁਖਮਣੀ ਮਹਲਾ 5ਵਾਂ ਅੰਕ 284 ਦੇ ਉੱਪਰ ਲਿਖਿਆ ਹੈ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖਣ ਬ੍ਰਹਮੰਡ ਨਾਮ ਕੇ ਤਾਰੇ ਸਿਮਰਤ 베 ਪੁਰਾਨ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਇਹ ਸਾਰੇ ਜਿਹੜੀ ਅਸ਼ਪਦੀ ਹੈ ਆਪ ਜੀ ਨੂੰ ਪੱਲੇ ਪੱਤ ਜਾਨੂ ਹੈ ਔਰ ਫਿਰ ਸਾਰੰਗ ਰਾਗ ਦੇ ਵਿੱਚ ਉਥੇ ਪਾਤਸ਼ਾਹ ਨੇ 1242 ਅੰਕ ਦੇ ਉੱਪਰ ਫਰਮਾਇਆ ਹੈ ਨਾਮ ਨਿਰੰਜਨ ਅਲਖ ਹੈ ਕਿਉਂ ਲਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉਂ ਪਾਈਏ ਭਾਈ ਨਾਮ ਨਿਰੰਜਨ ਵਰਤਦਾ ਪ੍ਰਵਿਆ ਸਭ ਠਾਈ ਗੁਰਪੂਰੇ ਤੇ ਪਾਈ ਹੈ ਹਿਰਦੇ ਦੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਏ ਪਾਈ ਤੋ ਜਪ ਬਾਣੀ ਦੇ ਵਿੱਚ ਸਾਨੇ ਇੱਕ ਹੋਰ ਗਾ ਬੜੀ ਸਪੱਸ਼ਟ ਸਮਝਾ ਦਿੱਤੀ ਤੁਹਾਨੂੰ ਨਾਨਕ ਪਾਸ਼ਾ ਜੀ ਨੇ ਜੇ ਤਾਂ ਕੀਤਾ ਤੇ ਤਾਂ ਨਾ ਵੀ ਨਾ ਵੇ ਨਹੀਂ ਕੋ ਥਾ ਕਿ ਪਰਮਾਤਮਾ ਨੂਰ ਦਾ ਜੋ ਚਾਨਣਾ ਹੈ ਕਿ ਉਹਦੇ ਗੁਣ ਹਨ ਜੋ ਉਹਦੀ ਪ੍ਰੈਜ਼ੈਂਸ ਹੈ ਉਹ ਸਾਰੇ ਸੰਸਾਰ ਦੇ ਵਿੱਚ ਹੈ ਭਾਵੇਂ ਕੋਈ ਜੜ ਹੈ ਤੇ ਭਾਵੇਂ ਕੋਈ ਚੇਤਨ ਵਿਵਸਥਾ ਜਿਹੜੀ ਹੈ ਉਹ ਚੇਤਨ ਜੜ ਚੇਤਨ ਚੀਜ਼ ਹੈ ਉਹ ਸਾਰਿਆਂ ਦੇ ਅੰਦਰ ਹੀ ਉਸ ਪਰਮਾਤਮਾ ਦਾ ਨਿਵਾਸ ਹੈ ਤੇ ਮੈਂ ਸੀ ਇਹ ਕਹਿ ਰਿਹਾ ਕਿ ਆਪ ਹੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ ਦੁਇ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਪ ਕਿ ਕੋਈ ਅਸੀ ਜਗ੍ਹਾ ਹੈ ਹੀ ਨਹੀਂ ਪਰਮਾਤਮਾ ਨੇ ਇਸ ਸੰਸਾਰ ਰੂਪਕਾਰ ਨੂੰ ਬਣਾ ਕਰਕੇ ਉਸ ਨੂੰ ਛੱਡ ਹੀ ਨਹੀਂ ਦਿੱਤਾ ਜਿਵੇਂ ਇੱਕ ਮਿਸਤਰੀ ਹੈ ਉਹ ਘਰ ਬਣਾਉਂਦਾ ਹੈ ਲੇਕਿਨ ਉਸ ਘਰ ਵਿੱਚ ਰਹਿੰਦਾ ਨਹੀਂ ਹੈ ਲੇਕਿਨ ਇਹ ਪਰਮਾਤਮਾ ਨੇ ਐਸਾ ਇਹ ਸੰਸਾਰ ਰੂਪੀ ਘਰ ਬਣਾਇਆ ਕਿ ਇਹਦੇ ਅੰਦਰ ਆਸਨ ਲਗਾ ਕੇ ਆਪ ਹੀ ਬੈਠਾ ਨਾਮ ਤੋਂ ਮਰਾਦ ਇਸ ਲਈ ਇੱਕ ਸਰਵ ਵਿਆਪਕ ਸ਼ਕਤੀ ਹੈ ਜੋ ਹਰ ਥਾਂ ਭਰਪੂਰ ਓਕੇ ਕਟਕਟ ਨੂੰ ਠਾਰ ਰਹੀ ਹੈ ਕਟਕਟ ਜਿਹੜੀ ਹੈ ਉਸ ਨੂੰ ਸ਼ਾਂਤੀ ਬਖਸ਼ਿਸ਼ ਕਰ ਰਹੀ ਹੈ ਤੇ ਗੁਰਮਤਿ ਨਿਰਣੇ ਪੰਨਾ 176 ਪਰ 177 ਦੇ ਉਪਰ ਡਾਕਟਰ ਭਾਈ ਜੋਤ ਸਿੰਘ ਜੀ ਨੇ ਇਹ ਵਿਚਾਰ ਪ੍ਰਗਟ ਕੀਤੇ ਹਨ ਇਸੇ ਤਰ੍ਹਾਂ ਦੇ ਵਿਚਾਰ ਡਾਕਟਰ ਕਰਤਾਰ ਸਿੰਘ ਜੀ ਬਾੜੀ ਵਾਲੇ ਜਿਹੜੇ ਸੋਲਣ ਵਾਲੇ ਵੀ ਅਸੀਂ ਕਹਿੰਦੇ ਹਾਂ ਉਹਨਾਂ ਨੇ ਵੀ ਪ੍ਰਗਟ ਕੀਤੇ ਹਨ ਕਿ ਗੁਰਮਤਿ ਵਿੱਚ ਨਾਮ ਦਾ ਅਰਥ ਕੇਵਲ ਸੰਗਿਆ ਨਹੀਂ ਹੈ ਇਹ ਪਦ ਗੁਰਮਤਿ ਵਿੱਚ ਉਸ ਸਿਰਜਣਹਾਰ ਆਲਣਹਾਰ ਸਭ ਸਮਰਤ ਸਰਵ ਵਿਆਪਕ ਸਦਾ ਸਥਿਰ ਦਰ ਰਹਿਤ ਵੈਰ ਰਹਿਤ ਅਮਰ ਹੁੰਦ ਜੂਨ ਰਹਿਤ ਸਤੇ ਪ੍ਰਕਾਸ਼ ਹੁੰਦ ਲਈ ਵਰਤਿਆ ਗਿਆ ਹੈ ਜਿਵੇਂ ਕਿ ਅਸੀਂ ਮੂਲ ਮੰਤਰ ਦੇ ਵਿੱਚ ਇਹ ਅਕਾਲ ਪੁਰਖ ਦੇ ਐਟਰੀਬਿਊਟਸ ਅਸੀਂ ਪੜ੍ਹਦੇ ਹਾਂ ਗੁਰਮਤਿ ਦੇ ਮੂਲਕ ਸਿਧਾਂਤ ਪੁਸਤਕ ਦੇ ਅੰਦਰ ਅੰਨਾ 12 ਦੇ ਉੱਪਰ ਡਾਕਟਰ ਕਰਤਾਰ ਸਿੰਘ ਜੀ ਸੋਲਣ ਵਾਲੇ ਨੇ ਲਿਖਿਆ ਆਈ ਕਾਂਟ ਸਿੰਘ ਜੀ ਨਾਬਾ ਨੇ ਮਹਾਂਕੋਸ਼ ਵਿੱਚ ਨਾਮ ਦੇ ਅਰਥ ਪ੍ਰਭੂ ਤੇ ਉਸ ਦਾ ਹੁਕਮ ਤੋਂ ਲੈਂਦੇ ਹੋਏ ਕਿਹਾ ਹੈ ਕਿ ਗੁਰਬਾਣੀ ਵਿੱਚ ਨਾਮ ਕਰਤਾਰ ਅਤੇ ਉਸ ਦੇ ਹੁਕਮ ਦਾ ਬੋਧਕ ਸ਼ਬਦ ਵੀ ਹੈ। ਕਿਤਾ ਨਾਮ ਕੇ ਤਾਰੇ ਸਗਲੇ ਜਨ ਨਾਮ ਕੇ ਤਾਰੇ ਖੰਡ ਰਬੰਡ ਜੇ ਮੈਂ ਉੱਪਰ ਬੇਨਤੀ ਕੀਤੀ ਹੈ। ਗੌੜੀ ਸੁਖਨੀ ਮਹਲਾ 5 ਪੰਨਾ 284। ਉਪਰੋਕਤ ਵਿਚਾਰਾਂ ਨੂੰ ਵਿਆਖਿਆ ਸਹਿਤ ਦ੍ਰਿੜ ਕਰਾਉਂਦਿਆਂ ਹੋਇਆ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਆਕਾਰ ਪੁਰਖ ਆਪ ਸਤਿ ਹੈ ਮਨੁੱਖ ਸਰੀਰ ਵਿੱਚ ਜੋ ਸ਼ੁੱਧ ਚੇਤਨ ਹੈ ਉਸ ਦੀ ਉਸੇ ਦੀ ਹੀ ਅੰਸ਼ ਹੈ ਕਹੋ ਕਬੀਰ ਇਹ ਰਾਮ ਕੀ ਅੰਸ਼ ਪੰਨਾ 871 ਗੋਡ ਕਬੀਰ ਜੀ ਕਿਵੇਂ ਉਹ ਅੰਸ਼ੀ ਪ੍ਰਮਾਤਮਾ ਆਪ ਅਮਰ ਅਰਥਾਤ ਅਮਿਟ ਹੈ ਤਿਵੇਂ ਹੀ ਇਹ ਅੰਸ਼ ਅਮਿਟ ਅਰਥਾਤ ਅਮਰ ਹੈ ਸਤਿ ਅੰਸ਼ੀ ਦੀ ਅੰਸ਼ ਵੀ ਸਤ ਹੈ ਨਾਮ ਗੁਰਬਾਣੀ ਅਨੁਸਾਰ ਦੋਹਾਂ ਦਾ ਮਿਲਣ ਹਾਰ ਹੈ ਦੋਹਾਂ ਦੇ ਵਿਚਾਲੇ ਮਿਲਣ ਵਾਲਾ ਇੱਕ ਸੱਤਿਆ ਜੋ ਹੈ ਉਹ ਨਾਮ ਹੈ ਸੋ ਦੋ ਸੱਤੇ ਵਸਤੂਆਂ ਦੀ ਮਿਲਣ ਹਾਰ ਵਸਤੂ ਸਤ ਦੇ ਸਿਵਾ ਹੋਰ ਕੀ ਹੋ ਸਕਦੀ ਹੈ ਗੁਰਬਾਣੀ ਅਨੁਸਾਰ ਵਾਹਿਗੁਰੂ ਜੀ ਦੇ ਬਾਰੇ ਇਹ ਲਿਖਿਆ ਹੈ ਕਿ ਨਾਮ ਦੇ ਵਿੱਚ ਆਪ ਵਸਦਾ ਹੈ ਨਾਵੇਂ ਅੰਦਰ ਹਉ ਵਸਾ ਨਾਉ ਵਸੇ ਮਨ ਆਇ ਸਿਨਾਗ ਮੱਲਾ ਪਹਿਲਾ ਅਸ਼ਪਰੀਆਂ ਪਨਾ 55 ਫਿਰ ਗੁਰੂ ਜੀ ਨੇ ਹੋਰ ਸਾਨੂੰ ਸਮਝਾਇਆ ਔਰ ਸਿਮਰਨ ਮੈਂ ਆਪ ਨਿਰੰਕਾਰ ਕਿ ਜਦੋਂ ਅਸੀਂ ਹਰੀ ਦਾ ਸਿਮਰਨ ਕਰਦੇ ਹਾਂ ਉਹਦੇ ਯਾਦ ਕਰਦੇ ਹਾਂ ਤੇ ਉਸ ਯਾਦ ਦੇ ਵਿੱਚ ਪਰਮਾਤਮਾ ਨਿਰੰਕਾਰ ਕਾਲਪੁਰਖ ਜਿਹੜਾ ਕਿ ਦ੍ਰਿਸ਼ਟਮਾਨ ਨਹੀਂ ਹੈ ਅਦ੍ਰਿਸ਼ਟ ਗੋਚਰ ਹੈ ਉਹਦੀ ਹੋਂਦ ਜਿਹੜੀ ਹੈ ਸਾਡੇ ਅੰਦਰ ਅਹਿਸਾਸ ਜਿਹੜਾ ਸਾਨੂੰ ਹੋਣਾ ਸ਼ੁਰੂ ਹੁੰਦਾ ਹੈ 263 ਅੰਕ ਨਸ ਸੁਖਣੀ ਸਾਹਿਬ ਬਾਣੀ ਜਿਸ ਤਰ੍ਹਾਂ ਗੁਰਬਾਣੀ ਨੇ ਨਿਰੰਕਾਰ ਨੂੰ ਨਿਰੰਜਨ ਅਗੰਮ ਅਗੋਚਰ ਤੇ ਅਲੱਖ ਆਦ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਹੈ ਇਸੇ ਤਰ੍ਹਾਂ ਨਾਮ ਨੂੰ ਵੀ ਕੀਤਾ ਹੈ यथा ਨਾਮ ਨਿਰੰਜਨ ਅਗੰਮ ਅਗੋਚਰ ਸਤਗੁਰ ਦਿਆ ਬੁਝਾਏ ਪ੍ਰੋਡਕਸ ਵੱਲਤੀਜਾ ਛੰਤ 585 ਫਿਰ ਆਪ ਜੀ ਨੇ ਅੱਗੇ ਸਾਨੂੰ ਫਰਮਾਇਆ ਹੈ ਕਿ ਨਾਮ ਨਿਰੰਜਨ ਅਲਖ ਹੈ ਹਿਰਦਾ ਦੇ ਦਿਖਾਈ ਗਵਾਰ ਸਾਰੰਗ ਮੱਲਾ ਚੌਥਾ ਪੰਨਾ 1242 ਮੈਂ ਬਾਣੀ ਦੀਆਂ ਪੰਕਤੀਆਂ ਇਸ ਨਾਲ ਆਪਜੀ ਸਾਂਝੀ ਕਰ ਰਿਹਾ ਕਿ ਅਸੀਂ ਸਮਝ ਲਈਏ ਕਿ ਨਾਮ ਉਹ ਹੈ ਜੋ ਗੁਰਬਾਣੀ ਦੇ ਵਿੱਚ ਵਕ ਵਕ ਪਰਮਾਨੰ ਦਾ ਦੇ ਵਿੱਚ ਗੁਰੂ ਸਾਹਿਬ ਔਰ ਭਗਤਾਂ ਨੇ ਵਰਤਿਆ ਹੈ ਨਾ ਕਿ ਕਿਸੇ ਹੋਰ anumatiyan ਦੇ ਟੈਕਸਟ ਬੁక్స్ ਵਿੱਚ ਕੱਲ ਟੁਕ ਵਿੱਚ ਕੀ ਆ ਸੀ ਕਿ ਨਾਮ ਨਿਰੰਜਨ ਹੈ ਅਗਮ ਹੈ ਅਗੋਚਰ ਹੈ ਇਸ ਟੁਕ ਵਿੱਚ ਦੱਸਿਆ ਹੈ ਇਹ ਨਰੰਝਨ ਦਾ ਨਾਮ ਪਰਮਾਤਮਾ ਦੇਵ ਦੀ ਤਰ੍ਹਾਂ ਅਲਖ ਹੈ ਫਿਰ ਉਹ ਸਭ ठाਵ ਪਰਮਾਤਮਾ ਦੀ ਤਰ੍ਹਾਂ ਵਿਆਪਕ ਹੈ ਕਿਉਂਕਿ ਪਰਮਾਤਮਾ ਸਰਵ ਵਿਆਪਕ ਹੈ ਤੋ ਇਸ ਕਰਕੇ ਉਸ ਦਾ ਨਾਮ ਵੀ ਸਰਵ ਵਿਆਪਕ ਹੈ ਇੱਕ ਦੋਸ਼ੀ ਨਹੀਂ ਵਿਆਪਕ ਹੋਣ ਕਰਕੇ ਸਭ ਦੇ ਨਾਲ ਹੈ ਫਿਰ ਉਹ ਸਰਵ ਵਿਆਪਕ ਹੋਣ ਕਰਕੇ ਸਭ ਦੇ ਹਿਰਦੇ ਵਿੱਚ ਹੈ ਜੋ ਪੂਰਾ ਗੁਰੂ ਜਗਿਆ ਸੁਧ ਦੇ ਹਿਰਦੇ ਵਿੱਚ ਵਸ ਰਿਹਾ ਹੁੰਦਾ ਹੈ ਫਿਰ ਉਹ ਫਰਮਾਉਂਦੇ ਹਨ ਕਿ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਅਤ ਅਗਮ ਅਪਾਰਾ ਮਾਝ ਮੱਲਾ ਤੀਜਾ ਤੀਜੇ ਪਾਸ਼ਾ ਗੁਰਮਰਦਾਸ ਮਹਾਰਾਜ ਜੀ ਨੇ ਅਸ਼ਪਧੀਆਂ ਵਿੱਚ 112 ਅੰਦ ਦੇ ਉਪਰ ਸਾਂਮੁਇ ਬਖਸ਼ਿਸ਼ ਕੀਤੀ ਹੈ ਕਿ ਇਹਨਾਂ ਪਰਮਾਨਾਂ ਦੀ ਵਿਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਨਾਮ ਵਾਹਿਗੁਰੂ ਜੀ ਨਾਲ ਅਪੇਧ ਉਸ ਦੀ ਕੋਈ ਆਪਣੀ ਕਲਾ ਵਿਆਪਕ ਵਸਤੂ ਹੈ ਉਸ ਸੇ ਵਾਂਗ ਮਾਇਆ ਰਹਿਤ ਹੈ ਉਸੇ ਵਾਂਗੂੰ ਹੀ ਅਲੱਖ ਹੈ। ਭਾਗ ਉਸ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਜੋ ਪੁਸਤਕ ਹੈ ਵਿੱਚ ਲਿਖਿਆ ਹੈ ਗੁਰਮਤਿ ਨਾਮ ਪੰਨਾ 24 ਔਰ 25 ਉਤੇ। ਜਿਹੜੇ ਵਿਚਾਰ ਅਸੀਂ ਹੁਣ ਤੱਕ ਕਰ ਚੁੱਕੇ ਹਾਂ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਨਾਮ ਤੋਂ ਭਾਵ ਹੈ ਪ੍ਰਭੂ ਦਾ ਨਾਮ अथवा ਪ੍ਰਭੂ ਦੀ ਪਛਾਣ ਜੋ ਉਸ ਦੇ ਗੁਣਾਤ ਹੁੰਦੀ ਹੈ। ਇਹਨਾਂ ਗੁਣਾਂ ਦਾ ਵਿਸਤਾਰ ਗੁਰਬਾਣੀ ਵਿੱਚ ਕੀਤਾ ਗਿਆ ਹੈ। ਪ੍ਰਭੂ ਦੀ ਹੋਂਦ अथवा एक सर्वव्यापक शक्ति जो इस दे अन दिस दे ब्रह्मांडा दी जो है कार चला रही है हुन ਅਸੀਂ ਨਾਮ ਸਿਮਰਨ अथवा नाम जपना ਦੇ ਅਰਥਾਂ ਉੱਪਰ ਵਿਚਾਰ ਕਰਨੀ ਹੈ ਕਿ ਨਾਮ ਸਿਮਰਨ ਔਰ ਨਾਮ ਜਪਨ ਕੀ ਹੈ ਨਾਮ ਸਿਮਰਨ ਦੀ ਵਿਆਖਿਆ ਕਰਦੇ ਹੋਏ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਸਭ ਤੋਂ ਵੱਡਾ ਕਰਮ ਹੈ ਨਾਮ ਮਨੁੱਖ ਨੇ ਅਗਰ ਕੋਈ ਸਭ ਤੋਂ ਵੱਡਾ ਕੰਮ ਕਰਨਾ ਹੈ ਉਤਮ ਕੰਮ ਕਰਨਾ ਹੈ ਤੇ ਉਹ ਪ੍ਰਭੂ ਦਾ ਨਾਮ ਸਿਮਰਨ ਕਰਨਾ। ਪਿਆਰ ਭਰੀ ਯਾਦ ਨਾਲ ਹਰ ਵੇਲੇ ਆਪਣੇ ਪਿਤਾ ਪਰਮੇਸ਼ਰ ਨਾਲ ਜੁੜੇ ਰਹਿਣਾ। ਜਿਸ ਤਰ੍ਹਾਂ ਬੱਚਾ ਮਾਂ ਦੀ ਗੋਦ ਵਿੱਚ ਪਿਆ ਹੁੰਦਾ ਹੈ ਇਸੇ ਤਰ੍ਹਾਂ ਪਰਮ ਗੋਦ ਵਿੱਚ ਪਹਿ ਰਹਿਣਾ। ਜਗਤ ਦੇ ਕੰਮ ਕਰਨਾ ਹੈ ਪਰ ਗੋਦ ਵਿੱਚੋਂ ਗੋਦ ਵਿੱਚੋਂ ਨਿਕਲ ਕੇ ਨਾ ਗੋਦੀ ਆਸਰੇ ਰਹਿ ਕੇ ਕਰਨਾ। ਦੇ ਨਾਮ ਹੈ। ਹਬ ਆਪਣੇ ਨੂੰ ਪ੍ਰਭੂ ਦੇ ਸੁਰਤ ਵਿੱਚੋਂ ਆਪਣੇ ਆਪ ਨੂੰ ਦੂਰ ਨਹੀਂ ਕਰਨਾ ਹੈ। ਆਪਣੀ ਸੁਰਤ ਜਿਵੇਂ ਅਸੀਂ ਕਹਨੇ ਆ ਕਿ ਹੱਥ ਕੰਮ ਵਾਲ ਤੇ ਚਿਤ ਕਰਤਾ ਵਰ ਹੱਤਕਾਰ ਵਰ ਤੇ ਚਿਤ ਕਰਤਾ ਵਰ। ਜਿਵੇਂ ਨਾਮ ਦੇ ਇਨਕੇ ਨਾਮਕ ਹੈ ਤੇ ਲੋਚਨਾ ਮੁਖਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚਿਤ ਨਰਜਨ ਦਾ। ਤੋਂ ਮੰਨ ਦਾ ਇੱਕ ਜਿਉਂ ਕਹੋ ਪਾਰਬ੍ਰਮ ਵਾਲ ਪਿਆਰ ਹੈ ਹਮੇਸ਼ਾ ਹੀ ਤੇ ਇੱਕ ਜੜਾ ਹੈ ਉਹ ਸੰਸਾਰ ਦੇ ਕਮਾ ਕਾਲਾ ਵਾਲ ਇਹ ਵਿਚਾਰ ਪੁਸਤਕ ਬਾਬਾ ਨੋ ਸਿੰਘ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ ਨੇ ਪਨਾਇ 146 147 ਦੇ ਉੱਪਰ ਲਿਖਿਆ ਨਾਮ ਨਾਲ ਹੁੰਦਾ ਹੈ ਨਾਮੀ ਵਾਲ ਰੁਖ ਜਦੋਂ ਅਸੀਂ ਨਾਮ ਜਪਦੇ ਹਾਂ ਤਾਂ ਸਾਡੀ ਜਿਹੜੀ ਅਟੈਂਸ਼ਨ ਹੈ ਸਾਡੀ ਜਿਹੜੀ ਸੁਰਤੀ ਹੈ ਉਹ ਨਾਮੀ ਵਾਲ ਪ੍ਰਮਾਤਮਾ ਵਾਲ ਹੋ ਜਾਂਦੀ ਹੈ ਹਾਂ ਨਾਮ ਪਿਆਰ ਪਾਉਂਦਾ ਹੈ ਉਸ ਨਾਲ ਜਿਸ ਦਾ ਨਾਮ ਜਪਦੇ ਹਾਂ ਜਦੋਂ ਅਸੀਂ ਮਾਂ ਦੀ ਗੱਲ ਕਰਦੇ ਹਾਂ ਤੇ ਸਾਡਾ ਸੁੱਤੇ ਸਿੱਧੀ ਜੋ ਮਾਂ ਨੇ ਸੜਨਾ ਪਿਆਰ ਕੀਤਾ ਹੁੰਦਾ ਹੈ ਜਿਸ ਤਰ੍ਹਾਂ ਸਾਨੂੰ ਪਾਲਿਆ ਹੁੰਦਾ ਹੈ ਜਿਸ ਤਰ੍ਹਾਂ ਸਾਡੀ ਕੇਅਰ ਕੀਤੀ ਹੁੰਦੀ ਹੈ ਉਹ ਸਾਨੂੰ ਇੱਕਦਮ ਸਾਡੇ ਚਿੱਤ ਵਿੱਚ ਆ ਜਾਂਦੀ ਹੈ ਤੋਂ ਮਾਂ ਕਹਿਣਾ ਸ਼ਬਦੀ ਉਸ ਮਾਂ ਦੇ ਸਾਰੇ ਐਟਰੀਬਿਊਟ ਸਾਡੇ ਮਨ ਵਿੱਚ ਆ ਜਾਂਦੇ ਹਨ ਤੋਂ ਇਸ ਤਰ੍ਹਾਂ ਦੀ ਅਵਸਥਾ ਅਸੀਂ ਆਪਣੀ ਬਣਾਉਣੀ ਹੈ ਜਦੋਂ ਅਸੀਂ ਵਾਹਿਗੁਰੂ ਕਹੀਏ ਜਾਂ ਪਰਮਾਤਮਾ ਦਾ ਕੋਈ ਵੀ ਨਾਮ ਸਫਾਤੀ ਨਾਮ ਕਹੀਏ ਕ੍ਰਿਤਮ ਨਾਮ ਕਹੀਏ ਤਾਂ ਉਸ ਵੇਲੇ ਸਾਡੇ ਮਨ ਵਿੱਚ ਉਹ ਜੋ ਅਗਮ ਅਗੋਚਰ ਹੈ ਜਿਹਦੇ ਮੂਰ ਮੰਤਰ ਵਿੱਚ ਜਿਹੜੇ ਆਠ ਜਿਹੜੇ ਹਨ ਉਹ ਜਿਹੜੇ ਲਕਸ਼ਣ ਦੱਸੇ ਹਨ ਗੁਣ ਦੱਸੇ ਹਨ ਉਹ ਸੁੱਤੇ ਸੀ ਸਾਡੇ ਮਨ ਵਿੱਚ ਆ ਜਾਣੇ ਚਾਹੀਦੇ ਹਨ ਤਾਂ ਯਾਦ ਵਿੱਚ ਉਸ ਨੂੰ ਸਿਮਰਨ ਕਹਿੰਦਾ ਹੈ ਸਿਮਰਨ ਅਰਥਾਤ ਯਾਦ ਪਿਆਰੇ ਦਾ ਪ੍ਰੇਮ ਹੈ ਪ੍ਰੇਮ ਮੇਲਨ ਹਾਰ ਹੈ ਜੀਵ ਨੂੰ ਈਸ਼ਵਰ ਨਾਲ ਪ੍ਰੇਮੀ ਨੂੰ ਪਿਆਰ ਨਾਲ ਆਨੰਦ ਰੂਪ ਵੈਗੁਰੂ ਨਾਲ ਇਹ ਵਿਚਾਰ ਭਾਈ ਸਾਹਿਬ ਜੀ ਨੇ ਗੁਰਨਾਣਕ ਚਮਤਕਾਰ ਵਿੱਚ ਜਿਹੜੇ ਹਨ ਉਹ ਵਰਣਨ ਕੀਤੇ ਹਨ ਕਿ ਗੁਰਨਾਣਕ ਚਮਤਕਾਰ ਵਿੱਚ ਆਪ ਜੀ ਇਹ ਲਿਖਦੇ ਹਨ ਹੋਰ ਲਿਖਦੇ ਹਨ ਅੰਦਰਲੇ ਨੂੰ ਚਰਨ ਸ਼ਰਨ ਰੱਖੋ ਸ਼ਰਨ ਸੰਭਾਲੋ ਸ਼ਰਮ ਤੋਂ ਦੂਰ ਨਾ ਜਾਣ ਦਿਓ ਆਪਣੇ ਮਨ ਨੂੰ ਸ਼ਰਨ ਦਾ ਅਭਿਆਸ ਨਾਮ ਹੈ ਨਿਰੰਤਰ ਨਾਮ ਵਿੱਚ ਵਸੋ ਆਹ ਹਮੇਸ਼ਾ ਨਾਮ ਵਿੱਚ ਜਿਸ ਨੂੰ ਅਨੇ ਕਹਨੇ ਆਠ ਪੈਰ ਰਬ ਸਦਾ ਹਜੂਰੇ ਕੋ ਨਾਨਕ ਸੇ ਹੀ ਜਨ ਪੂਰੇ ਉਠਤ ਬੈਠਤ ਸੋਬਤ ਨਾਮ ਕੋ ਨਾਨਕ ਜਨ ਕੇ ਸਦ ਕਾਮ ਕੇ ਸਾਰੇ ਕੰਮ ਵੀ ਕਰੋ ਲੇਕਿਨ ਉਤਿਆਂ ਬਾਂਧਿਆ ਉਠ ਬੈਠਤ ਸੋਬਤ ਗਾਈ ਹੈ ਤੇ ਆਈਏ ਮਾਰਗ ਚਲਤ ਹਰੇ ਹਰ ਗਾਈ ਹੈ ਫਿਰ ਮਾਰੇ ਨੇ ਬਣ ਗਿਆ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸੇ ਗੁਰੂ ਮਨ ਭਾਵ ਹੈ ਜੇ ਨਾਨਕ ਤੋੜ ਮੰਗੇ तिस ਗੁਰਸੇ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਤੋ ਨਾਮ ਵਿਦਿਆ ਹੈ ਨਾਮ ਪਰਮੇਸ਼ਰ ਦਾ ਨਾਮ ਹੈ ਨਾਮ ਪਰਮੇਸ਼ਰ ਦੇ ਗੁਨਾ ਦਾ ਸਰੋਵਰ ਹੈ ਨਾਮ ਉਸ ਦਾ ਸਰੂਪ ਹੈ ਨਾਉ ਪੂਜੀਏ ਨਾਉ ਮੰਨੇ ਹੈ ਅਖੰਡ ਸਦਾ ਸੱਚ ਸੋਏ ਆਪੇ ਨੂੰ ਸਭ ਸਾਈ ਨਾਲ ਜੋੜੀ ਰੱਖਣਾ ਸਿਮਰਨ ਹੈ ਨਾਲ ਲੱਗੇ ਰਹਿ ਕੇ ਰੰਗ ਤੇ ਰਸ ਵਿੱਚ ਜੁੜਾ ਨਾਮ ਹੈ। ਪਾਵ ਨਾਮ ਜਪਣ ਲੱਗੇ ਆ ਅਗਰ ਰਸ ਆਉਂਦਾ ਹੈ। ਕੋ ਥੋੜਾ ਜਿਹਾ ਅਹਿਸਾਸ ਮਹਿਸੂਸ ਹੁੰਦਾ ਹੈ ਕਿ ਮੈਂ ਉਸ ਪ੍ਰਭੂ ਦੀ ਹਜ਼ੂਰੀ ਵਿੱਚ ਹਾਂ। ਪ੍ਰਭੂ ਮੇਰੇ ਅੰਗ ਸੰਗ ਹੈ। ਤਾਂ ਫਿਰ ਤਾਂ ਉਸ ਸਿਮਰਨ ਉਸ ਨੂੰ ਯਾਦ ਨੂੰ ਜਿਹੜਾ ਹੈ ਉਹ ਮੁਬਾਰਕ ਹੈ। ਕਿ ਜਿਵੇਂ ਅਸੀਂ ਆਪਣੀ ਮਾਂ ਸ਼ਬਦ ਨੂੰ ਉਚਾਰਨ ਕਰਦੇ ਆ ਤੇ ਸਾਨੂੰ ਮਾਂ ਦਾ ਅਹਿਸਾਸ ਹੁੰਦਾ ਹੈ। ਤਜ ਜਿਤਨਾ ਸਾਡਾ ਪਿਆਰ ਹੁੰਦਾ ਉਹਦਾ ਨਾਲ ਲੈਣਿਆ ਬੱਚੇ ਦਾ ਨਾਲ ਲੈਣਿਆ ਜਾਂ ਹੋਰ ਕਿਸੇ ਚੀਜ਼ ਦੀ ਨਾਲ ਲੈਣਿਆ ਹ ਹਿਮਾਲੇ ਦਾ ਨਾਲ ਲੈਣਿਆ ਤੇ ਠੰਡਕ ਦਾ ਅਹਿਸਾਸ ਹੁੰਦਾ ਹੈ ਤੋ ਇਸ ਤਰ੍ਹਾਂ ਹੀ ਅਗਰ ਅਸੀਂ ਉਸ ਚੇਤੇ ਕਰ ਰਹੇ ਹਾਂ ਤੇ ਉਸ ਦੇ ਗੁਣ ਸਾਡੇ ਅੰਦਰ ਜਿਹੜੇ ਹਨ ਉਹ ਹਮੇਸ਼ਾ ਹੀ ਸਾਨੂੰ ਸਕੂਨ ਪਹੁੰਚਾਉਂਦੇ ਰਹਿਣ ਇਸ ਤਰੀਕੇ ਨਾਲ ਇਸ ਨੂੰ ਜੀਵਨਾ ਜਿਹੜਾ ਹੈ ਉਹ ਨਾਮ ਹੈ ਨਾਨਕ ਨਾਮ ਨਾ ਛੋੜਾ ਸਤ ਅਨ ਨਾਮ ਸਹਿਜ ਸਮਾਣੀਆਂ ਨਾਮ ਜੋ ਕੁਝ ਕਿਆ ਹੈ ਅਜੇ ਹੋਰ ਹੈ ਨਾਮ ਇੱਕ ਤਿਆਰੀ ਦੇ ਯਤਨ ਹੈ ਜੋ ਸ਼ੁਭ ਕਰਮਾ ਤੋਂ ਉੱਪਰਲਾ ਸਾਧਨ ਤੇ ਦਰਜਾ ਹੈ ਪਵ ਨਾਮ ਜਪਣਾ ਇੱਕ ਤਿਆਰੀ ਹੈ ਇੱਕ ਐਫਰਟ ਹੈ ਲੇਕਿਨ ਇਸ ਤੋਂ ਉੱਪਰਲੀ ਅਵਸਥਾ ਜਿਹੜੀ ਹੈ ਕਿਉਂ ਨਾਮ ਜਪਣ ਨਾਲ ਕੀ ਕੀ ਚੇਂਜਸ ਹੁੰਦੇ ਆ ਕੀ ਕੀ ਸਾਡੇ ਮਨ ਤੇ ਅਸਰ ਹੁੰਦੇ ਆ ਤੇ ਸਾਡਾ ਮਨ ਕਿੰਨੀਆਂ ਉਚਾਈਆਂ ਤੇ ਜਾਂਦਾ ਹੈ ਤ੍ਰੈਗੁਣੀ ਮਾਇਆ ਤੋਂ ਉੱਠ ਕੇ ਉੱਪਰ ਚੌਥੇ ਪੱਤੇ ਜਾਂਦਾ ਹੈ ਸਾਡਾ ਮਾਨਟਿਕ ਦਾ ਹੈ ਤੇ ਉਸ ਟਿਕਾਓ ਵਾਲੀ ਅਵਸਥਾ ਤੇ ਪਹੁੰਚਦਾ ਤੇ ਇੱਕ ਸਾਧਨ ਹੈ ਔਰ ਇਹ ਇੱਕ ਤਰੀਕਾ ਹੈ ਤੇ ਨਾਮ ਇੱਕ ਤਿਆਰੀ ਤੇ ਯਤਨ ਹੈ ਜੋ ਸ਼ੁਭ ਕਰਮਾਂ ਤੋਂ ਉੱਪਰ ਦਾ ਸਾਧਨ ਤੇ ਦਰਜਾ ਹੈ ਆਪਣੇ ਆਪ ਨੂੰ ਪਰਮਾਤਮਾ ਦੇ ਅਸਰ ਹੇਠ ਲਿਆਉਣਾ ਕਿ ਮੈਂ ਉਸ ਪਰਮਾਤਮਾ ਦੇ ਨਾਲ ਆ ਗੁਰ ਮੇਰੇ ਸੰਗ ਸਦਾ ਹੈ ਨਾਲ ਉਹ ਮੇਰੇ ਉਹਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਾਇਨਾ ਜਿਵੇਂ ਮਾਰੇ ਨੇ ਬਾਣੀ ਗਿਆ ਨਿਕੜ ਜਾਣੇ ਉਸ ਨੂੰ ਬੁਰਾ ਕਿਉਂ ਕਰੇ ਤੇ ਜੇ ਅਸੀਂ ਉਹਨੂੰ ਅੰਗ ਸੰਗ ਸਮਝਾਂਗੇ ਵਾਕਈ ਅੰਗ ਸੰਗ ਹੈ ਤੇ ਫਿਰ ਅਸੀਂ ਕੋਈ ਬੁਰਾ ਕੰਮ ਨਹੀਂ ਕਰਾਂਗੇ ਤੇ ਅਸੀਂ ਉਸ ਨੂੰ ਹਮੇਸ਼ਾ ਹੀ ਆਪਣੇ ਨਾਲ ਸਮਝਾਂਗੇ ਜਿਵੇਂ ਪਾਲਾ ਲੱਗਦੇ ਸਰੀਰ ਨੂੰ ਸੂਰਜ ਦੇ ਸੰਮੁਖ ਕਰਨਾ ਪਾਲੇ ਨੂੰ ਦੂਰ ਕਰਨਾ ਹੈ ਜਿਵੇਂ ਅਗੁਣੀ ਭਰਪੂਰ ਮਨ ਨੂੰ ਸਾਈਂ ਦੇ ਸੰਮੁਖ ਕਰਨਾ ਸੰਮੁਖ ਦੇ ਚਰਨਾਤੇ ਲਾਈ ਰੱਖਣਾ ਤੇ ਮਨ ਦੇ ਉਹ ਗੁਨਾਹ ਨੂੰ ਦੂਰ ਕਰ ਲੈਣਾ ਹੈ ਤੇ ਇਹ ਮਨ ਨੂੰ ਸਾਈਂ ਦੇ ਅਸਰਾ ਲਈ ਉਸ ਦੇ ਸਮੁਖ ਰੱਖਣਾ ਤੇ ਉਸ ਨੂੰ جاری ਰੱਖਣਾ ਇਹ ਰੁਖ ਹੈ ਇਹ ਝੁਕਾਓ ਹੈ ਇਹ ਯਾਦ ਹੈ ਇਹ ਯਤਨ ਦਾ ਸਬਨਾਮ ਤੇ ਯਤਨ ਸਬਨਾਮ ਹੀ ਸਿਮਰਨ ਹੈ ਤੇ ਨਾਮ ਦੇ ਅਲੱਗ-ਲੱਗ ਪੱਖ ਹਨ ਸਿਮਰਨ ਨਾਲ ਸਾਡਾ ਮਨ ਸਾਈਂ ਦੀ ਹੋਂਦ ਦੇ ਸੰਸਕਾਰ ਅੰਦਰਲੇ ਸੰਸਕਾਰਾਂ ਵਾਲੇ ਮਨ ਵਿੱਚ ਲੈ ਜਾਏਗਾ। ਪਾਵ ਹੋ ਡੂੰਗੀ ਸੋਜ ਜਿਹੜੀ ਹੈ, ਡੂੰਗੀ ਜਿਹੜੀ ਸੁਰਤੀ ਹੈ ਸਾਡੀ ਉਸ ਪਰਮਾਤਮਾ ਦੇ ਨਾਲ ਜੁੜੇਗੀ ਤੇ ਉਹ ਅੰਦਰਲਾ ਹਿਰਦਾ ਸਾਈਂ ਦੀ ਹੋਣ ਦੇ ਭਾਵ ਨਾਲ ਭਰ ਜਾਏਗਾ। ਉਸ ਦਾ ਸਰੂਪ ਸਤ ਹੈ। ਸੋ ਇਸ ਤਰ੍ਹਾਂ ਉਸ ਦਾ ਸਤ ਸਰੂਪ ਸਾਡੇ ਅੰਦਰ ਵਸ ਜਾਏਗਾ। ਆਪਕੋ ਜਾ ਸਤ ਸਰੂਪ ਕੀ ਹੈ? ਆਪ ਸੱਚ ਕੀ ਆ ਸਭ ਸੱਚ। ਇਸ ਸੱਚ ਤੇ ਸੰਗਲੀ ਉਤਪਤ ਮਾਫ ਕਰਨਾ ਤੋਂ ਉਸ ਦਾ ਜੋ ਸਤ ਚ ਰੂਪ ਹੈ ਸਾਡੇ ਅੰਦਰ ਪ੍ਰਵੇਸ਼ ਕਰਕੇ ਸਾਡੇ ਜੀਵਨ ਨੂੰ ਸੁਚਾਰਾ ਬਣਾਉਣ ਵਿੱਚ ਸਹਾਇ ਹੋਏਗਾ ਉਹ ਪਰਮਾਤਮਾ ਸਾਰੇ ਗੁਨਾ ਦਾ ਸੋਮਾ ਹੈ ਨੀਕੀ ਸੁਧੀ ਤੇ ਨੀਕੀ ਸਾਰੀ ਹੈ ਉਸ ਦੀ ਛੋ ਸਾਰੇ ਅਗੁਨਾ ਨੂੰ ਦੂਰ ਕਰਦੀ ਹੈ ਜਿਵੇਂ ਸੂਰਜ ਦਾ ਪ੍ਰਕਾਸ਼ ਅੰਧਕਾਰ ਨੂੰ ਮਾਰਦਾ ਹੈ ਤੇਵੇਂ ਉਸ ਦੇ ਅੰਦਰ ਵਸ ਜਾਣ ਨਾਲ ਸਭ ਆਗੋਂ ਦੂਰ ਹੋ ਕੇ ਗੁਣ ਪਰ ਜਾਣਗੇ ਫਿਰ ਆਪਾ ਆਪੇ ਸ਼ੁੱਧ ਹੋ ਜਾਏਗਾ ਤੇ ਆਪਣੇ ਕਰਤਾਰ ਨਾਲ ਮਿਲ ਜਾਏਗਾ ਇਸ ਨੂੰ ਗੁਰਬਾਣੀ ਵਿੱਚ ਸਾਨੂੰ ਹੋਰ ਵੀ ਸਮਝਾਇਆ ਹੈ ਕਿ ਜਿਸ ਵੇ ਪਰਮਾਤਮਾ ਦਾ ਨਾਮ ਸਾਡੇ ਅੰਦਰ ਵਸ ਜਾਏਗਾ ਤੇ ਸਾਡੇ ਅੰਦਰੋਂ ਜੋ ਵਿਸ਼ੇਵਕਾਰ ਹਨ ਉਹ ਭੱਜ ਜਾਣਗੇ ਪੁਰਬਾਨੀ ਦਾ ਫਰਮਾਨ ਹੈ ਨਾ ਸਵੰਜੋ ਕਿਲ ਵਿਖੋ ਕਰਤਾ ਕਰਾਇ ਦੂਤੇ ਦੇਣ ਪਿਆ ਗੋਬਿੰਦ ਪ੍ਰਗਟ ਹੈ ਜੇਦੋ ਗੋਬਿੰਦ ਦਾ ਪ੍ਰਕਾਸ਼ ਸਾਡੇ ਮਨ ਦੇ ਵਿੱਚ ਕਾਲਪੁਰਖ ਦਾ ਪ੍ਰਕਾਸ਼ ਹੋ ਗਿਆ ਉਹਨਾਂ ਦਾ ਤਾਂ ਇਹ ਵਿਸ਼ਭਕਾਰ ਜਿਹੜੇ ਇਹਨਾਂ ਨੂੰ ਅੱਗ ਲਾ ਕੇ ਸੜ ਜਾਣਗੇ ਤੇ ਪੱਜ ਜਾਣਗੇ ਸਾਡੇ ਅੰਦਰ ਰਹਿ ਨਹੀਂ ਸਕਣਗੇ ਸਿਮਰਨ ਅਤੇ ਦੇ ਅਰਥਾਂ ਅਤੇ ਸਿਮਰਨ ਦੀ ਲੋੜ ਬਾਰੇ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਬਹੁਤ ਸੁਖੇਣ ਢੰਗ ਨਾਲ ਚਾਨਣਾ ਪਾਇਆ ਹੈ ਆਪ ਵੀ ਲਿਖਦੇ ਹਨ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਇਹ ਸਾਰਾ ਜਿਸ ਦਾ ਅੰthis ਦਾ ਜਗਤ ਪਰਮਾਤਮਾ ਦੇ ਆਪੇ ਦਾ ਪ੍ਰਕਾਸ਼ ਹੈ ਤੇ ਇਸ ਵਿੱਚ ਉਹ ਆਪ ਹੀ ਬੈਠਾ ਕਈ ਤਰ੍ਹਾਂ ਦੇ ਕੋਤਾ ਕਰ ਰਿਹਾ ਹੈ ਇਹ ਪੰਨਾ 463 ਦੇ ਉੱਪਰ ਡਾਕਟਰ ਸਾਹਿਬ ਨੇ ਪਰਮਾਨਿਤ ਦਿੱਤਾ ਹੈ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ ਦੁਈ ਕੁਦਰਤ ਸਾਜੀ ਆ ਪਰ ਆਸਨ ਡਿਟੋ ਚਾਹ ਸੋ జగਤ ਦੇ ਸਾਰੇ ਜੀ ਜੰਤ ਪਰਮਾਤਮਾ ਦੀ ਅੰਸ਼ ਹਨ ਜੀਵਾਂ ਦਾ ਅਸਲਾ ਉਹੀ ਹੈ ਜੋ ਪਰਮਾਤਮਾ ਦਾ ਹੈ ਗੁਰੂ ਅਮਰਦਾਸ ਜੀ ਆਖਦੇ ਹਨ ਬੜੇ ਅਮੋਲਕ ਬੋਲ ਹਨ ਆਸਾ ਮਹਲਾ 3 ਪੰਨਾ 552 ਦੇ ਉੱਪਰ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਨ ਪਰ ਪਰਮਾਤਮਾ ਤੇ ਜੀਵਾਤਮਾ ਦੋਹਾਂ ਦਾ ਟਿੱਕੋ ਅਸਲਾ ਹੁੰਦਿਆ ਹੋਇਆ ਵੀ ਦੋਹਾਂ ਦੇ ਵਿੱਚ ਬੇਅੰਤ ਜਿਹੜਾ ਹੈ ਉਹ ਵਿਤ ਹੈ ਸਮੁੰਦਰ ਪਾਣੀ ਦਾ ਇੱਕ ਅਥਾ ਇਕੱਠਾ ਹੈ ਇਸਾਰੇ ਸਮੁੰਦਰ ਦੇ ਟਾਕਰੇ ਤੇ ਸਮੁੰਦਰ ਦੇ ਪਾਣੀ ਦੀ ਇੱਕ ਬੂੰਦ ਦੀ ਦੀ ਕੋਈ ਪਾਇਆ ਨਹੀਂ गिनी ਜਾ ਸਕਦੀ ਸਮੁੰਦਰ ਬੇਅੰਤ ਵੱਡਾ ਹੈ ਨਿੱਕੀ ਜਿਹੀ ਬੂੰਦ ਉਸ ਸਮੁੰਦਰ ਦੇ ਸਾਹਮਣੇ ਕੁਝ ਵੀ ਨਹੀਂ ਹੈ ਪਰ ਜਿਵੇਂ ਸਮੁੰਦਰ ਤੇ ਬੇਅੰਤ ਪਾਣੀਆਂ ਦਾ ਅਸਲਾ ਜੋ ਕੈਮੀਕਲ ਫਾਰਮੇਸ਼ਨ ਹੈ ਉਹ ਸੇਮ ਹੈ H2O ਹੈ ਹਾਈਡਰੋਜਨ ਤੇ ਆਕਸੀਜਨ ਹਾਈਡਰੋਜਨ ਦੇ ਦੋ ਮੋਲੀਕੂਲ ਆਕਸੀਜਨ ਦਾ ਇੱਕ ਮੋਲੀਕੂਲ ਮਿਲ ਕਰਕੇ ਪਾਣੀ ਬਣਾਉਂਦਾ ਹੈ ਸਮੁੰਦਰ ਦਾ ਪਾਣੀ ਔਰ ਬੂੰਦ ਦਾ ਕੈਮੀਕਲ ਐਨਾਲਿਸਿਸ ਸੇਮ ਹੈ ਤੇమే ਇੱਕ ਬੂੰਦ ਦਾ ਅਸਲਾ ਵੀ ਹਾਈਡਰੋਜਨ ਤੇ ਆਕਸੀਜਨ ਹੀ ਹੈ ਤੋਂ ਇਵੇਂ ਮਨੁੱਖ ਔਰ ਪਰਮਾਤਮਾ ਦਾ ਓਰੀਜਿਨ ਜੋ ਹੈ ਉਹ ਸੇਮ ਹੈ ਜਿਹੜਾ ਕੋ ਕਵੀਰ ਹਮ ਰਾਮ ਕੀ ਅੰਸ਼ ਮੰਤੂ ਜੋ ਸਰੂਪ ਹੈ ਤੇ ਆਪਣਾ ਮੂਲ ਪਛਾਣ ਦੀ ਗੱਲ ਜਿਹੜੀ ਹੈ ਉਹ ਸਮਝਾਈ ਗਈ ਹੈ ਦਰਿਆ ਦਾ ਵਗਦਾ ਪਾਣੀ ਸਵੱਛ ਇਸ ਆਫ ਹੁੰਦਾ। ਭਾਜੀ ਨੂੰ ਹੜ ਆਦਕ ਦੇ ਕਾਰਨ ਕੋਈ ਪਾਣੀ ਕੰਢਿਆਂ ਤੋਂ ਉਛਲ ਕੇ ਲਾਗੇ ਹੀ ਕਿਸੇ ਛੱਪੜ ਟੋਏ ਵਿੱਚ ਪੈ ਜਾਂਦਾ ਹੈ ਤੇ ਉਸ ਦਾ ਸੰਬੰਧ ਦਰਿਆ ਨਾਲੋਂ ਟੁੱਟ ਜਾਂਦਾ ਹੈ ਤਾਂ ਕੁਝ ਸਮਾਂ ਪਾ ਕੇ ਛੱਪੜ ਦੇ ਉਸ ਖਲੋਤੇ ਪਾਣੀ ਵਿੱਚ ਮੱਛਰ ਆਦਕ ਤੇ ਹੋਰ ਕਈ ਕਿਸਮਾਂ ਦੇ ਕੀੜੇ ਪੈਦਾ ਹੋ ਜਾਂਦੇ ਹਨ। ਉਸ ਪਾਣੀ ਵਿੱਚ ਉਹ ਦੁਰਗੰਧ ਵੀ ਆਉਣ ਲੱਗ ਜਾਂਦੀ ਹੈ। ਕੀੜਮਾਰ ਦਵਾਈਆਂ ਵਰਤੇ ਹੀ ਵਰਤਿਆਂ ਵੀ ਪਾਣੀ ਵਿੱਚ ਜਿਹੜਾ ਰੋਗ ਥੋੜੇ ਚਿਰ ਲਈ ਹੀ ਘਟਦਾ ਹੈ ਪਰ ਰੋਗ ਜੜਾ ਤੋਂ ਨਹੀਂ ਜਾਂਦਾ ਕੋ ਛੱਪੜ ਦੇ ਪਾਣੀ ਦਾ ਅਸਲੀ ਰੋਗ ਹੈ دریا ਤੋਂ ਵਿਛੋੜਾ ਇਸ ਵਿਛੜੇ ਹੋਏ ਪਾਣੀ ਨੂੰ ਮੁੜ ਦਰਿਆ ਵਿੱਚ ਮਿਲਾ ਦਿਓ ਇਸ ਦੀ ਜੁਰਗੰਤ ਤੇ ਇਸ ਦੇ ਕਰਮ ਸਭ ਨਾਸ਼ ਹੋ ਜਾਂਦੇ ਹਨ ਇਹੀ ਹਾਲ ਜੀਵ ਆਤਮਾ ਦਾ ਹੈ ਸਤਗੁਰ ਨਾਨਕ ਪਾਸ਼ਾ ਜੀ ਨੇ ਵੀ ਇਸ ਪਰਥਾਏ ਬੜਾ ਸਪਸ਼ਟ ਵਿਚਾਰ ਸਭ ਦਿੱਤੇ ਹਨ ਕਿ ਸਤਗੁਰ ਨਾਨਕ ਦੇਵ ਜੀ ਇੱਕ ਸੁੰਦਰ ਦ੍ਰਿਸ਼ਟਾਂ ਦੇ ਕੇ ਜੀਵ ਆਤਮਾ ਦੀ ਇੱਕ ਤਰਾ ਤੇ ਇੱਕ ਤਸਵੀਰੀ ਹਰਾ ਦਾ ਜ਼ਿਕਰ ਕਰਦੇ ਹੰਮ ਇੱਕ ਸਰੋਵਰ ਵਿੱਚ ਸੋਨੇ ਕਾਲ ਫੁੱਲ ਉੱਗੇ ਹੋਏ ਹਨ ਉਹਨਾਂ ਦੇ ਹਰੇ ਚੌੜੇ ਪੱਤਰ ਪਾਣੀ ਦੀ ਹਿੱਕ ਉਤੇ ਤਾਰੀਆਂ ਲਾਉਂਦੇ ਹਨ ਤੇ ਸੁਨਹਿਰੀ ਫੁੱਲ ਹਵਾ ਦੇ ਮੱਠੇ ਝੌਕਿਆ ਨਾਲ ਹੁਣਾਰੇ ਲੈਂਦੇ ਹਨ ਪਰ ਇਹ ਮੌਜ ਉਤਨਾ ਚੇਰੀ ਹੈ ਜਦ ਤੱਕ ਸਰੋਵਰ ਵਿੱਚ ਕਿਸੇ ਸੋਮੇ ਜਾਂ ਨਦੀ ਆਦਿਕ ਦਾ ਪਾਣੀ ਦਾ ਲਗਾਤਾਰ ਵਹਾਵ ਹੈ ਮਿਲ ਰਿਹਾ ਹੈ ਪਾਣੀ ਤੋਂ ਵਿਛੋੜਾ ਪੈਂਦਿਆਂ ਹੀ ਸਰੋਵਰ ਦਾ ਆਪਣਾ ਜੁੱਸਾ ਕਾਲਾ ਹੋ ਜਾਂਦਾ ਹੈ ਤੇ ਉਹ ਕਾਲ ਫੁੱਲ ਵੀ ਸੜ ਕੇ ਸੁਆਹ ਹੋ ਜਾਂਦੇ ਹਨ ਹਰਿਆਵਲ ਤੇ ਇਸ ਸੜੀ ਹੋਈ ਹਾਲਤ ਵਿੱਚ ਆਪਣੇ ਪੱਬਰ ਹੋਏ ਪਦਮਾਕਰ ਸਰੋਵਰ ਤੋਂ ਉਸ ਦੀ ਸੜਿਆਮ ਦਾ ਕਾਰਨ ਪੁੱਛਦੇ ਹਨ ਤਾਂ ਉਹ ਅੱਗੋਂ ਉੱਤਰ ਦਿੰਦਾ ਹੈ ਕਿ ਜਿਸ ਪਾਣੀ ਦੀ ਬਰਕਤ ਨਾਲ ਮੇਰਾ ਸਰੀਰ ਟਿਕਿਆ ਹੋਇਆ ਸੀ ਮੇਰੇ ਅੰਦਰ ਹਰਿਆਵਲ ਸੀ ਕਾਲ ਫੁੱਲ ਨਾਲ ਨਾਚ ਕਰ ਰਹੇ ਸਨ ਉਹਨਾਂ ਨਾਲੋਂ ਮੇਰਾ ਵਿਛੋੜਾ ਹੋ ਗਿਆ ਹੈ બસ ਆਪਣੇ ਸੜਿਆ ਹੁੰਦਾ ਕਾਰਨ ਮੈਨੂੰ ਇਹੀ ਜਬਦਾ ਹੈ ਬੱਬਰ ਤੂੰ ਖਰਿਆਵਲਾ ਕਬਲਾ ਕੰਚਨਵਨ ਕਹਿ ਦੋਖੜੇ ਸੜਿਓ ਕਾਲੀ ਹੋਈਆ ਦੇਹਰੀ ਨਾਨਕ ਮੈਦਨ ਭੰਗ ਤੇ ਜਵਾਬ ਅਗੋ ਮਿਲਦਾ ਹੈ ਸਰੋਵਰ ਤੂੰ ਜਾਣਾ ਪਾਣੀ ਨਾਲ ਹਾਂ ਜੈਸੇ ਤੀ ਮੇਰਾ ਸੰਗ ਜਿਤ ਡਿਠੇ ਤਨ ਪਰਫੜੇ ਚੜੇ ਚ ਵਗਣਵਾਨ ਤੋ ਇਹ ਮਹਾਨ ਅਮੋਲਕ ਬੋਲ ਜਿਹੜੇ ਹੈ ਉਹ ਸ਼ਲੋਕ 12 ਤੋਂ ਵਧੇਕ ਬੱਲਾ ਪਹਿਲਾ ਪਹਿਲੇ ਪਾਸ਼ਾ ਦੀ ਦੇ 1412 ਅੰਗ ਦੇ ਉੱਪਰ ਸੁਭਾਇਮਾਨ ਹਨ ਤੋਂ ਅੱਜ ਦੀ ਵਿਚਾਰ ਨੂੰ ਅਸੀਂ ਇੱਥੇ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾਮ ਕੀ ਹੈ ਔਰ ਨਾਮ ਔਰ ਨਾਮੀ ਦੇ ਵਿੱਚ ਕੋਈ ਫਰਕ ਨਹੀਂ ਹੈ ਤੇ ਨਾਮ ਦੇ ਸਾਡੇ ਅੰਦਰ ਜਪਨ ਦੇ ਨਾਲ ਸਾਡੇ ਮਨ ਦੇ ਵਿੱਚ ਕੀ ਤਬਦੀਲੀਆਂ ਆ ਸਕਦੀਆਂ ਹਨ ਸਾਡਾ ਮਨ ਕਿਵੇਂ ਉੱਚੀ ਅਵਸਥਾ ਵਿੱਚ ਤਾਹਾਂ ਨਿਗਾ ਸਕਦਾ ਹੈ ਤੋਂ ਇਹ ਅੱਜ ਇੰਟਰੋਡਕਟਰੀ ਲੈਕਚਰ ਆਗਿਆ ਸਭ ਨੇ ਵਿਚਾਰ ਆਪ ਜਿਹਨਾਂ ਸਾਂਝੇ ਕੀਤੇ ਹਨ ਤੋਂ ਵਿਚਾਰ ਕਰਦੇ ਆਂ ਹੋਈਆਂ ਬੇਅੰਤ ਭੁੱਲਾ ਹੋ ਗਈਆਂ ਹੋਣਗੀਆਂ ਹੋ ਗਈਆਂ ਹਨ ਤੋਂ ਆਪ ਨਾ ਚਿਤਾਰਦੇ ਹੋਏ ਆਪ ਬਖਸ਼ਿਸ਼ ਕਰਨਾ ਔਰ ਗਾਜ ਕੇ ਫਤੇ ਬਲੌੜਾ ਜੀ ਵਾਖਰ ਜੀ ਦਾ ਖਾਲਸਾ ਵਾਖਰ ਜੀ ਕੀ ਫਤ